अस्सलाम वालेकुम नाज़रीन, मैं हां सरदार कमाल ते तुसीं वेख रहे हो इस वेले ओ नायाब बंदे जिहड़े कदी कदी मिलदे ने। मैं फैसलाबाद आया सी ते फिर मेरा बड़ा दिल करदा सी कि यार मैं उन्हां लोगां नूं उन्हां दोस्तां नूं अच्छी गल करन वाले मुंडियां नूं मिलां, ते अज उन्हां मुंडियां दे टीचर भी मेरे नाल ने। यानी कि तुहाडे दिलां दी धड़कन, साडे पाकिस्तान दी जान, जाने जानी सजा जानी, ताड़ी मारी दी हुंदी है। ते मेरे ख्याल तुहाडे शागिर्द हल्के हल्के कोमे च ने, ਵੀ ਉਸਤਾਦ ਦਾ ਜ਼ਿਕਰ ਹੈ, ਵਾਕਈ ਤਾੜੀ ਮਾਰਦੀ। ਉਹਨਾਂ ਨੇ ਐਡਾ ਵੱਡਾ ਬਿਲਟਅਪ ਦਿੱਤਾ ਤਾਂ ਤੁਸੀਂ ਤਾੜੀ ਤਾਂ ਮਾਰੋ। ਸਾਡੇ ਨਾਲ ਜੀ ਮਿੱਠਾਪੁਰੀਆ ਸਾਹਿਬ ਵੀ ਨੇ, ਯਾਨੀ ਸ਼ੂਗਰਪੁਰੀਆ ਸਾਹਿਬ ਵੀ ਸਾਡੇ ਨਾਲ ਨੇ, ਔਰ ਫਰੀਦ ਸਾਹਿਬ ਵੀ ਸਾਡੇ ਨਾਲ ਨੇ ਜੀ, ਔਰ ਫੈਸਲ ਹਰੇ ਰਾਮਾ ਉਹ ਵੀ ਸਾਡੇ ਨਾਲ ਨੇ। ਲੈ ਲਾ, ਉਹਨਾਂ ਨੇ ਉੱਦਾਂ ਕਿਹਾ ਹੀ ਨਹੀਂ ਜਿੱਦਾਂ ਸੱਜਾ ਜਾਨੀ ਇੰਜ ਉਹਨਾਂ ਨੇ ਕਿਹਾ ਹੀ ਨਹੀਂ, ਨਾਲੇ ਇਕੱਠੀ ਮਾਰਦੀ ਸੀ। ਤੇ ਜੀ ਸੁਣਾਓ ਕੀ ਹਾਲ ਹੈ ਜੀ ਜਾਨੀ ਸਾਹਿਬ? ਭਾਜੀ ਮੈਂ ਠੀਕ ਹਾਂ। ਬਈ ਮੈਂ ਤੁਹਾਨੂੰ ਸ਼ਾਬਾਸ਼ ਦੇਣਾ ਚਾਹੀਦਾ, ਬਲਕਿ ਪ੍ਰਾਈਮ ਮਿਨਿਸਟਰ ਪਾਕਿਸਤਾਨ ਨੂੰ ਚਾਹੀਦਾ ਕਿ ਤੁਹਾਨੂੰ ਇੱਕ ਖਸੂਸੀ ਅਵਾਰਡ ਦੇਵੇ। ਅੱਛਾ ਜੀ। ਕਿ ਫੈਸਲਾਬਾਦ ਦੇ ਜਿੰਨੇ ਵਿਹਲੇ ਮੁੰਡੇ ਸੀ ਤੁਸੀਂ ਸਾਰੇ ਕੰਮ 'ਤੇ ਲਾਤੇ। ਮਾਰੋ ਤਾੜੀ। ਇਹ ਬਿਸਤ ਹੋਣ ਵਾਲੀ ਗੱਲ ਸੀ, ਸ਼ਰਮਿੰਦਾ ਹੋਣ ਵਾਲੀ। ਇਹਨਾਂ ਦੋਵਾਂ ਦੀ ਸੀ, ਸਾਡਾ ਤੇ ਆਪਣਾ ਬਿਜ਼ਨਸ ਸੀਗਾ ਅਲਹਮਦੁਲਿਲਾ, ਤੁਹਾਨੂੰ ਪਤਾ ਐਕਸਪੋਰਟ ਦਾ ਬਿਜ਼ਨਸ। ਨਹੀਂ ਯਾਰ, ਬੜੀ ਅੱਛੀ ਗੱਲ ਕਿ ਇਹ ਇੱਧਰ ਉੱਧਰ ਫਿਰ ਕੇ ਜੋ ਲੋਕਾਂ ਕੋਲ ਚਪੇੜਾ ਖਾਂਦੇ ਸੀ ਗੱਲਾਂ ਕਰਕੇ, ਚਪੇੜਾਂ ਵਾਲੇ ਕੰਮ ਦੇ ਅੱਲਾ ਨੇ ਇਹਨਾਂ ਨੂੰ ਪੈਸੇ ਦੇਣੇ ਸ਼ੁਰੂ ਕਰਤੇ। ਜਾਨੀ ਸਾਹਿਬ, ਹੋਰ ਇਹਨਾਂ ਨੂੰ ਕੀ ਚਾਹੀਦਾ? ਔਰ ਮਾਸ਼ਾਅੱਲਾ ਭਾਜੀ, ਤੁਸੀਂ ਗੱਲ ਹੈ ਕਿ ਉਹਨਾਂ ਨੇ ਘਰ ਬੜੇ ਬੜੇ ਅੱਛੇ ਬਣਾ ਲਏ ਨੇ। ਕਿੰਨਾ ਨੇ ਇਹਨਾਂ ਦੋਵਾਂ ਨੇ? ਜੇ ਪਿੰਡ ਜਿੱਥੇ ਰਹਿੰਦੇ, ਕਿਹੜੇ ਪਿੰਡ ਤੋਂ ਰਹਿਣਾ? ਮੈਂ ਜੀ 266 ਜੀਂਬੇ ਯੂਕੇ। ਕਿੱਥੇ ਜੀ? 266 ਜੀਂਬੇ ਯੂਕੇ? ਨਹੀਂ, 266 ਜੀਂਬੇ ਭੂਕੇ, ਸਾਰੇ ਹੀ ਉੱਥੇ। ਤੁਸੀਂ ਲਾਸ ਐਂਜਲਸ ਔਰ ਲਾਈਆ ਬਾਦ ਲਾਸ ਹਰ ਜਿਹੜਾ ਕੰਮ ਕੀਤਾ? ਯੈਸ, ਲਾਸ ਕੈਲੀਫੋਰਨੀਆ। ਅੱਛਾ, ਜਦੋਂ ਚਾਹੋ ਤੁਸੀਂ ਕੈਲੀਫੋਰਨੀਆ ਡੁੱਬ ਕੇ ਮਰ ਸਕਦੇ ਹੋ। ਬਹੁਤ ਅੱਛੀ। ਤੇ ਆਹ ਕੈਲੀਫੋਰਨੀਆ ਵਿੱਚ ਬੱਚੇ ਬਾਹਰ ਨਹੀਂ ਕੱਢਦੇ ਇਹ। ਆ ਕੀ ਪਤਾ ਲੱਗ ਜਾਂਦੀ, ਨਜ਼ਰ ਲੱਗ ਜਾਂਦੀ। ਹਾਂਜੀ, ਬਾਹਰ ਚੀਜ਼ਾਂ ਵੇਖਦੀ ਹੈ ਨਾ, ਬੱਚਿਆਂ ਦੀ ਹਿੰਮਤ ਨਹੀਂ ਹੈ ਲੈਣ ਦੀ, ਨਜ਼ਰ ਲੱਗ ਜਾਂਦੀ ਮੇਰੇ। ਨਹੀਂ ਜੀ, ਇਹਦੇ ਘਰ ਦੇ ਬਾਹਰ ਨਹਿਰ ਆ, ਇਸ ਤੋਂ ਡਰ ਕੇ ਵੀ ਨਹੀਂ ਕੱਢਦਾ। ਹਾਂ, ਕਿਉਂਕਿ ਫਿਰ ਜੇ ਘਰੋਂ ਕੱਢੇ ਫਿਰ ਉਹ 'ਚੋਂ ਵੀ ਕੱਢਣੇ ਪੈਂਦੇ। ਹਾਂਜੀ ਹਾਂਜੀ, ਝੀਲ ਆ ਉਹ ਤਾਂ ਸਾਥੀ ਬਣ ਸਕਦੀ ਜਿੱਡਾ ਡੂੰਘਾ ਵਾ। ਮਿੱਠਾਪੁਰੀ ਤੁਹਾਡਾ ਪਿੰਡ ਕਿੱਥੇ ਵੇ? ਮੇਰਾ ਜੀ 266 ਜਿਵੇਂ ਯੂਕੇ ਮਲਖਾਂ ਵਾਲਾ। ਮਲਖਾਂ ਵਾਲਾ ਜ਼ਮੀਨ ਜਿੱਥੇ ਖਤਮ ਹੋ ਜਾਂਦੀ ਨਾ, ਉਸ ਤੋਂ ਅੱਗੇ ਪਿੰਡ ਇਹਦਾ ਵਾ। ਇਹ ਹੁਣ ਨਾ ਇਹ ਆਪਣਾ ਸਿਆਪਾ ਇੱਥੇ ਨਾ ਸ਼ੁਰੂ ਕਰਨਾ ਭਾਜੀ, ਇਹਨਾਂ ਦਾ ਰੌਲਾ ਇਹ ਆ ਵੀ ਉਹ ਉਹਨੂੰ ਉਹਦਾ ਪਿੰਡ ਨਹੀਂ ਚੰਗਾ ਲੱਗਦਾ, ਉਹਨੂੰ ਉਹਦਾ ਪਿੰਡ ਨਹੀਂ ਚੰਗਾ ਲੱਗਦਾ। ਤੁਸੀਂ ਇਹਦਾ ਪਿੰਡ ਵੇਖਣਾ ਜਿੱਥੋਂ 2-2 ਕਿਲੋਮੀਟਰ ਰਹੀ ਦੀ ਉਹਦਾ ਪਿੰਡ ਵਾ। ਜੀ ਇਹਦਾ ਬੇਤਰਤੀਬਾ ਜਿਹਾ ਪਿੰਡ ਆ, ਐਵੇਂ ਬਕਵਾਸ ਕਰਨ ਡਿਆ, ਜਿੱਥੇ ਰੂਹ ਅਫਜ਼ਾ ਕਹੀ ਤੇ ਕਹਿੰਦੇ ਆ ਲਹੂ ਆ ਲਹੂ। ਇਹਦਾ ਪਿੰਡ ਵੀ ਤੁਸੀਂ ਦੇਖਣਾ ਵਾ, ਸੜੀਆਂ ਲਾਸ਼ਾਂ ਉੱਠਣ ਡਿਆ ਉੱਥੋਂ ਹਲੇ ਵੀ। ਇਹ ਤਾਂ ਮਾੜਾ ਪਿੰਡ। ਅੱਛਾ ਯਾਰ, ਉਹ ਸਾਡੇ ਕੋਲ ਇਹ ਕੰਮ ਨਹੀਂ ਸੁਣਨਾ ਹੈ, ਤੁਹਾਡਾ ਆਪਣਾ ਹੀ ਸਿਆਪਾ ਸ਼ੁਰੂ ਹੋ ਜਾਂਦਾ ਜਿੱਥੇ ਵੀ ਇਹ ਪਿੰਡ ਸਾਰਿਆਂ ਦਾ, ਜਿਹੜੀ ਮਾਂ ਬੋਲੀ ਜਿੱਥੇ ਜਗ੍ਹਾ ਹੁੰਦੀ ਉਹ ਸਾਰਿਆਂ ਨੂੰ ਚੰਗੀ ਲੱਗਦੀ। ਆ ਪਿੰਡ ਤੇ ਪਿੰਡ ਹੁੰਦੇ ਨੇ। ਨਹੀਂ ਜੀ, ਐਡਾ ਮਾੜਾ ਵੀ ਨਹੀਂ ਪਿੰਡ ਹੁੰਦਾ, ਆ ਗੱਟਾ ਨਹੀਂ ਵੇਚਦੇ ਜਿਹੜੇ ਸਾਈਕਲਾਂ ਤੇ, ਉਹਨਾਂ ਦੀਆਂ ਮੰਜੀਆਂ ਹੁੰਦੇ ਇਹਨਾਂ ਦੇ ਪਿੰਡ। ਨਹੀਂ ਯਾਰ, ਚੜਦੇ ਖੁਦਾ ਦਾ ਵਾ, ਅਸੀਂ ਮੈਂ ਵੇਖ ਕੇ ਆਇਆ ਵਾ, ਤੋਬਾ ਕਸਮ। ਦੱਸ ਯਾਰ, ਰੱਖ ਉਹ ਯਾਰ, ਮਾਫੀ ਦੇ ਦੇ ਤੂੰ ਮੈਨੂੰ, ਮੈਂ ਤੈਨੂੰ ਵੀ ਜਾਣਦਾ। ਗੱਟੇ ਦੀ ਮੰਜੀ ਬੰਦਾ ਸਮੇਂ ਮਿੱਠੇ ਖਾ ਬਾਲਣਾ, ਪਰ ਕੀ ਗੱਲ ਕਰ ਰਿਹਾ ਆਪਣੇ ਨਾਲ ਵੀ? ਅੱਲਣ ਫਕੀਰ ਦਾ ਮਾਲਸ਼ੀ ਬਣੀ, ਦੇਖੋ ਸਾਫਾ ਕਿਆ ਸਾ ਲਿਆ ਅੱਲਾ ਮਾਫੀ ਦੇ। ਅੱਲਣ ਫਕੀਰ ਚਾਦਰ ਤੇ ਗੱਲ ਕਰਨੀ ਪਾਏ ਨੇ ਇਹਨਾਂ ਦੇ ਪਿੰਡ ਆ, ਜਿਹੜੇ ਵਿਆਹਾਂ ਤੇ ਮਿਲਣੇ ਨਹੀਂ ਕਰਦੇ ਉਹ ਚਾਦਰਾਂ ਰੱਖਦੇ ਨਾ ਅਸੀਂ, ਉਹ ਟਿਸ਼ੂ ਰੱਖਦੇ ਇਹਨਾਂ ਦੇ। ਇਹਨਾਂ ਦੇ ਪਿੰਡ ਵੀ ਤਾਂ ਨਿਕਾਹ ਖਾਂਦੇ ਨਿਕਾਹ ਹੁੰਦਾ, ਸਿਰਫ ਇੰਜ ਕਰਦੇ ਆ ਲੈ ਜਾਂਦੇ ਕੁੜੀ। ਚਲੀਏ ਪਿੰਡ। ਅਜੀ ਮੈਂ ਤੇ ਰਸਮ ਵੇਖਣ ਜਾਣਾ। ਨਹੀਂ, ਸਹੀ ਕਹਿ ਰਿਹਾ ਭਾਈ, ਮੈਂ 2 ਲੈ ਕੇ ਆਇਆ। ਭਾਣਾ ਨੇ ਬਸੀਆਂ ਨੇ ਯਾਰ, ਲੋਕਾਂ ਨੇ ਪਿਆਰ ਦੇ ਇਹਨਾਂ ਦੇ ਪਿੰਡ। ਭਾਜੀ ਭਾਜੀ, ਇਹ ਸਹੀ ਕਹਿ ਰਿਹਾ, ਮੈਂ 2 ਲੈ ਕੇ ਆਇਆ ਕਸਮ। ਅੱਛਾ ਜੀ? ਹਾਂ, ਕਿਸ ਤਰ੍ਹਾਂ? ਐਂਜੀ ਨਜ਼ਰ ਪੈਣ ਲੱਗਦੀ ਹੈ, ਕਈ 25-30 ਕਰਕੇ ਵੀ ਮੁਨਾਫਕ ਹੋ ਜਾਂਦੇ ਨੇ। ਉਹ ਕਹਿੰਦੇ ਨੇ ਅੱਲਾ ਦਾ ਕਰਮ ਹੈ ਕਿ ਹਿੱਟ ਹੁੰਦੇ ਹੁੰਦੇ ਅਸੀਂ ਇੱਥੋਂ ਨਿਕਲ ਆਏ। ਅੱਲਾ ਨੇ ਸਾਨੂੰ ਇੰਝ ਕਰਮ ਕਰਨ ਲੱਗਾ ਤੇ ਅਸੀਂ ਜਾਨੀ ਸਾਹਿਬ ਨੂੰ ਦੱਸਿਆ ਨਹੀਂ ਤੇ ਆ ਗਏ। ਹਾਂਜੀ, ਜਿਵੇਂ ਕਿ ਗੋਗਾ ਪਸਰੂਰੀ ਇੱਕ ਮੁੰਡਾ ਹੁੰਦਾ ਸੀ, ਮੈਂ ਉਹਨੂੰ ਵੇਖਿਆ, ਮੈਨੂੰ ਚੰਗਾ ਲੱਗਦਾ ਹੁੰਦਾ ਸੀ ਤੁਹਾਡੇ ਚੈਨਲ ਤੇ। ਭਾਜੀ ਉਹ ਬੜਾ ਅੱਛਾ ਆਰਟਿਸਟ ਸੀ। ਨਹੀਂ ਨਹੀਂ, ਸੀਤ ਬੜਾ ਫੌਤ ਹੋ ਗਿਆ। ਨਹੀਂ, ਬੜਾ ਅੱਛਾ ਆਰਟਿਸਟ ਸੀ ਸਾਡੇ ਨਾਲ ਹੁਣ। ਅੱਛਾ, ਵੀ ਤੁਹਾਡੇ ਕੋਲ ਨਹੀਂ ਰਿਹਾ ਤੇ ਮਰ ਗਿਆ ਨਾ ਤੁਹਾਡੇ ਵੱਲੋਂ ਤੇ, ਤੁਸੀਂ ਇਹ ਕਿਹੜਾ ਚਾਹ ਰਹੇ ਹੋ? ਨਹੀਂ ਨਹੀਂ, ਹਾਂ ਨਹੀਂ, ਮੇਰਾ ਮਤਲਬ ਗੋਗਾ ਪਸਰੂਰੀ ਤੁਹਾਡਾ ਮੈਂ ਵੇਖਿਆ, ਫਿਰ ਤੁਹਾਡੇ ਨਾਲ ਮੈਂ ਤਸਲੀਮ ਅਬਾਸ ਨੂੰ ਵੇਖਿਆ। ਹਾਂਜੀ, ਫਿਰ ਮੈਂ ਤੁਹਾਡੇ ਨਾਲ ਰਾਸ਼ਦ ਕਮਾਲ ਨੂੰ ਵੇਖਿਆ। ਹਾਂਜੀ, ਫਿਰ ਹੋਰ ਮੁੰਡੇ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਆਉਂਦੇ, ਕਾਫੀ ਮੁੰਡੇ ਤੁਹਾਡੇ ਉਹਦੇ 'ਚ ਹੁੰਦੇ ਸਨ ਗਰੁੱਪ 'ਚ, ਤੇ ਉਹ ਕੁਝ ਮੁੰਡੇ ਕੱਟ ਗਏ ਨੇ। ਇਹ ਤੁਸੀਂ ਉਹਨਾਂ ਨੂੰ ਕਹਿ ਰਹੇ ਜੇ ਜਾਂ ਇਹਨਾਂ ਨੂੰ ਕੋਈ ਸੁਣਾ ਦੇ ਰਹੇ ਹੋ? ਨਹੀਂ ਨਹੀਂ, ਮੈਂ ਇਹਨਾਂ ਨੂੰ ਸੁਣਾ ਨਹੀਂ ਦੇ ਰਿਹਾ। ਮੇਰੇ ਕਹਿਣ ਦਾ ਮਤਲਬ ਇਹ ਕਿ ਇੱਕ ਹੁੰਦਾ ਬੰਦੇ ਦਾ ਰਵੱਈਆ ਅੱਛਾ ਨਹੀਂ ਹੁੰਦਾ, ਹਾਂ, ਇੱਕ ਪੇ ਅੱਛੀ ਨਹੀਂ ਹੁੰਦੀ,
ਇੱਕ ਇਖਲਾਕ ਅੱਛਾ ਹੁੰਦਾ ਅਤੇ ਜਦੋਂ ਤੋਂ ਮੈਂ ਤੁਹਾਨੂੰ ਜਾਣਨਾ ਜਾਂ ਤੁਹਾਡਾ ਮੇਰਾ ਮਿਲਣ ਵਰਤਣ ਅਤੇ ਮੈਂ ਹਲਫੀਆ ਗੱਲ ਕਹਿ ਸਕਦਾ ਕਿ ਤੁਹਾਡਾ ਰਵੱਈਆ ਵੀ ਅੱਛਾ ਹੈ, ਤੁਸੀਂ ਯਕੀਨਨ ਪੇਮੈਂਟ ਵੀ ਅੱਛੀ ਕਰਦੇ ਹੋਗੇ, ਤੁਹਾਡਾ ਅਖਲਾਕ ਵੀ ਅੱਛਾ ਹੈ, ਅਤੇ ਫਿਰ ਉਹ ਕੀ ਤਕਲੀਫ ਹੈ ਕਿ ਤੁਹਾਨੂੰ ਛੱਡ ਕੇ ਚਲੇ? ਭਾਅ ਜੀ ਉਹ ਤਕਲੀਫ ਇਹ ਹੁੰਦੀ ਹੈ ਕਿ ਜਦੋਂ ਉੱਪਰਲੇ ਪੈ ਜਾਂਦੇ ਨੇ ਨਾ, ਮਤਲਬ ਹੁਣ ਕੁਛ ਐਸੇ ਮੁੰਡੇ ਆ ਗਏ ਵੀ ਉਹਨਾਂ ਨੇ 4-5 ਸ਼ੋਅ ਕੀਤੇ, ਆਲੇ ਦੁਆਲੇ ਵਾਲਿਆਂ ਨੇ ਦੇਖਿਆ ਵੀ ਯਾਰ ਇਹ ਮੁੰਡਾ ਠੀਕ ਆ, ਫਿਰ ਉਹ ਤੱਲਾ ਕਰਕੇ ਯਾਰ ਤੂੰ ਇੱਧਰ ਆ, ਯਾਰ ਤੂੰ ਇੱਧਰ ਆ, ਯਾਰ ਤੂੰ ਇੱਧਰ ਆ, ਉਹ ਕਰਦਿਆਂ ਕਰਾਉਂਦਿਆਂ। ਅੱਛਾ ਪੇਮੈਂਟ ਦੀ ਜਿਹੜੀ ਤੁਸੀਂ ਗੱਲ ਕੀਤੀ ਭਾਅ ਜੀ, ਅੱਜ ਪੇਮੈਂਟ ਮੈਂ ਦੇ ਰਿਹਾ ਕਿਉਂਕਿ ਮੈਨੂੰ ਅੱਜ ਆ ਰਹੀ ਹੈ। ਇੱਕ ਟਾਈਮ ਐਸਾ ਸੀ ਜਦੋਂ ਮੈਂ ਜੋਬ ਕਰਦਾ ਸੀ ਅਤੇ ਮੈਂ ਹੁਣ 7 ਨਿਊਜ਼ ਤੋਂ ਮੈਂ ਮਤਲਬ 20,000 ਰੁਪਇਆ ਸ਼ੋਅ ਦਾ ਲੈ ਰਿਹਾ ਅਤੇ 22 ਮੇਰਾ ਉੱਤੇ ਲੱਗ ਰਿਹਾ, ਸਹੀ? ਉਦੋਂ ਮੈਨੂੰ ਸਕਰੀਨ, ਮੈਂ ਚਾਹ ਰਿਹਾ ਸੀ ਸਕਰੀਨ ਲਵਾਂ। ਤੁਹਾਨੂੰ ਪਤਾ ਹੈ ਸਕਰੀਨ ਲੈਣ ਦੇ ਚੱਕਰ 'ਚ ਲੋਕ ਪੱਲਿਓਂ ਵੀ ਪੈਸੇ ਲਾਉਂਦੇ, ਇਸੇ ਤਰ੍ਹਾਂ ਹੀ ਅਤੇ ਸਕਰੀਨ ਮਿਲੇ। ਮੈਂ ਕਹਿੰਦਾ ਕਿ ਜੀ ਇਸ ਕੰਮ 'ਚ ਪੈਸੇ ਜਿਹਨੂੰ ਮਿਲਣੇ ਸ਼ੁਰੂ ਹੋਏ, ਬੜਾ ਖੁਸ਼ਕਿਸਮਤ ਆ ਜਾਂਦਾ। ਅਸੀਂ ਤਾਂ ਇੰਨਾ ਮੁਫਤ ਕੰਮ ਕੀਤਾ। ਮੈਨੂੰ ਯਾਦ ਹੈ ਮੈਂ ਇੱਕ ਡਾਇਰੈਕਟਰ ਦੀ ਫਿਲਮ ਕੀਤੀ, ਉਹਨਾਂ ਨੂੰ ਸ਼ਾਹ ਸਾਹਿਬ ਉਹਨਾਂ ਦਾ ਨਾਂ ਸੀ, ਸ਼ਾਹ ਸਾਹਿਬ ਸਰ, ਠੀਕ ਹੈ, ਅਤੇ ਉਹਨਾਂ ਨੇ ਮੇਰੀ ਫਿਲਮ ਦੇ ਕੰਮ ਕੀਤਾ ਅਤੇ ਪੈਸੇ ਨਹੀਂ ਦਿੱਤੇ। ਉਹ ਮੈਨੂੰ ਕੋਈ 6 ਮਹੀਨੇ ਬਾਅਦ ਸਟੂਡੀਓ ਨਜ਼ਰ ਆਏ ਅਤੇ ਮੈਂ ਕਿਹਾ ਯਾਰ ਸ਼ਾਹ ਸਾਹਿਬ ਆਏ ਨਜ਼ਰ ਆਏ ਨੇ, ਤੁਹਾਨੂੰ ਕੋਈ ਪੈਸੇ ਲੈਣੇ ਚਾਹੀਦੇ। ਮੈਂ ਗਿਆ, ਮੈਂ ਕਿਹਾ ਸ਼ਾਹ ਸਾਹਿਬ ਸ਼ੁਕਰ ਹੈ ਮੈਂ ਤੁਸੀਂ ਆ ਗਏ ਹੋ। ਮੈਂ ਕਿਹਾ ਮੇਰਾ ਅੱਬਾ ਹਸਪਤਾਲ ਇੱਥੇ, ਬੜੀ ਪ੍ਰੋਬਲਮ ਹੋਈ ਅਤੇ ਮੈਨੂੰ ਕਹਿੰਦਾ ਹੋਏ ਅੱਬਾ ਜੀ ਬਿਮਾਰ ਨੇ, ਮੇਰਾ ਦਿਲ ਕਰਦਾ ਮੈਂ ਤੇਰੇ ਮੂੰਹ 'ਤੇ ਚਪੇੜ ਮਾਰਾਂ, ਤੂੰ ਮੈਨੂੰ ਅੱਜ ਦੱਸਣ ਡਿਆ? ਮੈਂ ਲੈਖਾ ਜਾ ਉੱਥੋਂ ਕਾਪੀ ਪੈਨਸਲ ਲੈ ਕੇ ਆ। ਮੈਂ ਨਸਿਆ ਕਾਪੀ ਪੈਨਸਲ, ਮੈਂ ਕੋਈ ਚਿੱਟ ਬਣਾ ਕੇ ਦੇਣ ਲੱਗੇ, ਮੈਨੂੰ ਲਕਸ਼ਮੀ ਚੌਕ ਦੇ ਜਾ ਕੇ ਪੈਸੇ ਲੈ ਲਈ। ਮੈਂ ਗਿਆ ਤਾਂ ਸ਼ਾਹ ਜੀ ਨੇ ਤਵੀਜ਼ ਲਿਖ ਕੇ ਦਿੱਤਾ, ਇਹ ਅੱਬਾ ਜੀ ਦੇ ਗੱਲ 'ਚ ਭਾਅ ਠੀਕ ਹੋ ਜਾਣਾ। ਪੁੱਤਰ ਪੈਸੇ ਤਾਂ ਉਹ ਇਸ ਤਰ੍ਹਾਂ ਵੀ ਨਹੀਂ ਸੀ ਮਿਲਦੇ ਉੱਥੇ, ਅਤੇ ਜਾਨੀ ਸਾਹਿਬ ਤਾਂ ਤੁਹਾਨੂੰ ਪਲੇਟ 'ਚ ਰੱਖ ਕੇ ਪੈਸੇ ਦੇ ਰਹੇ ਸਾਰਿਆਂ ਨੂੰ, ਹੈ ਨਹੀਂ ਭਾਅ ਜੀ? ਇਹ ਵੀ ਗੱਲ ਨਾ, ਪੈਸੇ ਨਹੀਂ ਮਿਲੇ ਫਿਰ ਨਹੀਂ ਦਿੱਤੇ। ਅੱਛਾ ਇੱਕ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਨਾ ਕਿ ਅਗਰ ਇਹਨੇ ਜਾਂ ਕੋਈ ਐਸਾ ਬੱਚਾ ਜਿਹਨੇ ਜਾਣਾ ਹੀ ਜਾਣਾ, ਉਹਦੇ ਅੰਦਰ ਇੱਕ ਕੁਆਲਿਟੀ ਹੈ ਮਾਸ਼ਾਅੱਲਾ। ਮੈਂ ਅੱਲਾ ਦੀ ਕਸਮ ਜਾਨੀ ਸਾਹਿਬ, ਇਹ ਨਹੀਂ ਕਿ ਤੁਸੀਂ ਮਿਲੇ ਹੋ ਅਤੇ ਮੈਂ ਕੋਈ ਤੁਹਾਡੇ ਮੂੰਹ 'ਤੇ ਤਾਰੀਫ ਕਰ ਰਿਹਾ ਵਾਂ ਕਿ ਮੁੰਨਾ 71 ਕੇ ਕੀ ਉਹਦਾ ਨਾਮ, 71 ਮਸ਼ਹੂਰ ਹੋਇਆ ਅਤੇ ਬੜਾ ਹਲਾ ਲਾਲਾ ਹੋ ਗਈ ਲਾਲਾ। ਅੱਛਾ ਉਹ ਫਿਰ ਮੈਨੂੰ ਇਤਫਾਕ ਨਾਲ ਇੱਕ ਥੀਏਟਰ ਕਰਨ ਦਾ ਵੀ ਉਸ ਬੱਚੇ ਨਾਲ ਮੌਕਾ ਮਿਲਿਆ, ਠੀਕ ਹੈ ਜੀ। ਫਿਰ ਇੱਕ ਅਕਰਮ ਉਦਾਸ ਸਾਹਿਬ ਦੇ ਨਾਲ ਲਾਹੌਰ ਚਲਾ ਗਿਆ ਅਤੇ ਉਹਨੇ ਕਿਹਾ ਤੁਹਾਡਾ ਇੰਟਰਵਿਊ ਕਰਨਾ। ਮੈਂ ਜੀ ਹੋਸਟ ਕੌਣ ਨੇ? ਤਾਂ ਉਹਨੇ ਕਿਹਾ ਜੀ ਉਹ ਮੁੰਨਾ ਸਾਹਿਬ ਹੀ ਨੇ। ਉਹ ਬੱਚਾ ਹੈ ਆਪਣਾ, ਛੋਟਾ ਭਾਈ ਹੈ, ਠੀਕ ਹੈ, ਸਿੱਖ ਕੇ ਆਓ, ਇਜਾਜ਼ਤ ਲੈ ਕੇ ਆਓ, ਕਰੋ ਕੰਮ, ਇਹ 'ਚ ਕੋਈ ਹਰਜ ਨਹੀਂ, ਤਰੱਕੀ ਕਰਨ 'ਚ ਕੋਈ ਹਰਜ ਨਹੀਂ। ਲੇਕਿਨ ਉਹ ਮੈਨੂੰ ਲੱਗਾ ਕਿ ਉਹ ਤੁਹਾਡੇ ਨਾਲ ਲੱਖ ਸੀ ਅਤੇ ਉੱਥੇ ਕੱਖ ਸੀ, ਠੀਕ ਹੈ ਜੀ। ਇਹ ਬਿਲਕੁਲ ਅੱਲਾ ਦੀ ਹੀ ਰਜ਼ਾ ਹੈ, ਲੇਕਿਨ ਪਿੱਛੇ ਕੋਈ ਉਸਤਾਦ, ਕੋਈ ਦੁਆ, ਕੋਈ ਹੁੰਦਾ ਕੁਛ ਨਹੀਂ? ਉਹਦੇ ਪਿੱਛੇ ਕਾਫੀ ਨੇ ਉਸਤਾਦ, ਉਹਦੇ ਪਿੱਛੇ ਹੁਣ ਪੈਸੇ ਲੈਣ ਵਾਲੇ ਹੋਣੇ ਨੇ ਉਸਤਾਦ ਕੋਈ। ਭਾਅ ਜੀ ਦੇਖੋ ਗੱਲ ਇਹ ਆ, ਇੱਕ ਬੰਦੇ ਨੇ ਅਗਰ ਜਾਣਾ ਨਾ, ਉਹਨੂੰ ਇੱਕ ਬੰਦੇ ਨੇ ਕਿਹਾ ਕਿ ਆ ਜਾ ਇੱਧਰ, ਅਤੇ ਉਹ ਅਗਰ ਚਲਾ ਗਿਆ, ਅਗਰ ਉਹ ਨਾ ਜਾਂਦਾ ਨਾ, ਉਹਨੇ ਦੂਜੀ ਵਾਰੀ ਚੱਲ ਜਾਣਾ ਸੀ, ਉਹਨੇ ਤੀਜੀ ਵਾਰੀ ਚੱਲ ਜਾਣਾ ਸੀ, ਉਹਦਾ ਉਹ ਚੰਗਾ ਉਹ ਪਹਿਲੀ ਵਾਰੀ ਚਲਾ ਗਿਆ, ਜਿਹਨੇ ਜਾਣਾ ਭਾਅ ਜੀ ਉਹਨੇ ਚਲੇ ਹੀ ਜਾਣਾ। ਫਿਰ ਕਹਿੰਦੇ ਨੇ ਨਸਲਾਂ ਇੱਥੋਂ ਪਛਾਣੀ ਜਾਂਦੀਆਂ। ਹਾਂਜੀ, ਨਸਲਾਂ ਇਹਨਾਂ ਗੱਲਾਂ ਤੋਂ ਪਛਾਣੀ ਜਾਂਦੀਆਂ। ਅਤੇ ਬਹਰਹਾਲ ਪੁੱਤਰ ਮੈਨੂੰ ਪਤਾ ਲੱਗਾ ਤੂੰ ਵੀ ਮਿੱਠੇ ਕਿਤੇ ਜਾ ਰਿਹਾ। ਇਹ ਇਹ ਜਾ ਰਿਹਾ ਜੀ, ਮੈਂ ਹਾਂਗਕਾਂਗ ਜਾ ਰਿਹਾ। ਕਿੱਥੇ? ਹਾਂਗਕਾਂਗ। ਸੱਚੀ ਗੱਲ ਮੈਂ ਆਪਣੀ ਅੱਖਾਂ ਨਾਲ ਵੇਖਿਆ ਕਿ ਉਹ ਬੁੱਧਾ ਦੇ ਮੰਨਣ ਵਾਲੇ ਨੇ, ਤੇ ਉਹ ਉਹਨਾਂ ਦੀ ਰਸਮ ਹੈ, ਰੀਤ ਹੈ ਕਿ ਸਵੇਰੇ ਉੱਠ ਕੇ ਨਾ ਉਹ ਨਾਸ਼ਤਾ ਰੱਖਦੇ ਨੇ ਬੁੱਧੇ ਦੇ ਅੱਗੇ, ਉਹ 'ਤੇ ਬੈਠਾ ਵਿਚਾਰਾ ਅੱਜ ਹੱਥ ਬੰਨ ਕੇ ਨਾ, ਉਹਦੇ ਅੱਗੇ ਉਹਨਾਂ ਨੇ ਫਰੈਸ਼ ਦੁੱਧ ਰੱਖਣਾ, ਫਰੈਸ਼ ਸੇਬ ਫਰੂਟ ਰੱਖਣਾ, ਪੂਰਾ ਨਾਸ਼ਤਾ ਰੱਖਣਾ ਉਹਦੇ ਅੱਗੇ, ਅਤੇ ਇਹੋ ਜਿਹੇ ਵਿਹਲੇ ਆਉਂਦੇ ਨੇ ਬੁੱਧੇ ਦਾ ਨਾਸ਼ਤਾ ਕਰਕੇ ਚੱਲ ਜਾਂਦੇ ਨੇ ਜੀ ਲੰਗਰ ਸਰਕਾਰ ਦਾ, ਕਹਿੰਦੇ ਅੱਜ ਬੁੱਧੇ ਵੱਲੋਂ ਨਾਸ਼ਤਾ ਕੀਤਾ ਜੀ। ਅੱਛਾ ਸਰਦਾਰ ਸਾਹਿਬ ਮੈਂ ਇੱਕ ਵਾਰੀ ਯਾਰ, ਮਤਲਬ ਕੀ ਐਡਾ ਮੋਤਬਰ ਹੋ ਕੇ ਸਰਦਾਰ ਸਾਹਿਬ, ਮੈਂ ਕਿੰਨੇ ਡਰਾਮੇ ਕੀਤੇ ਤੋਂ ਅੱਜ ਤੱਕ ਸਰਦਾਰ ਸਾਹਿਬ ਨਾਲ? 30-35, 25-30, 10-15 ਕੀਤੇ ਨੇ ਭਾਅ ਜੀ। ਇਹ ਦੱਸੋ ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ ਜੀ ਜੀ, ਜ਼ਿੰਦਗੀ 'ਚ ਪਹਿਲੀ ਵਾਰੀ ਜਦੋਂ ਤੁਹਾਨੂੰ ਕਿਸੇ ਫਿਲਮ 'ਚ ਕਿਸੇ ਨੇ ਕਿਹਾ ਕਿ ਜੀ ਇਹ ਘੋੜਾ ਵਾ ਤੁਸੀਂ ਇੱਥੇ ਚੜ੍ਹਨਾ ਤਾਂ ਇੱਧਰੋਂ ਆਉਣਾ, ਤੁਹਾਨੂੰ ਉਸ ਤੋਂ ਪਹਿਲੇ ਘੋੜਾ ਦੇ ਮਤਲਬ ਤੁਸੀਂ ਕੀ ਉਹ ਸੂਰਤ ਆ ਸੀ? ਕਿਉਂਕਿ ਤੁਸੀਂ ਤਾਂ ਮਤਲਬ ਕੋਈ ਇਹ ਤਾਂ ਨਹੀਂ ਵੀ ਪਹਿਲੇ ਵੀ ਘੋੜਾ ਚਲਾਉਂਦੇ ਹੋਵੋ? ਨਹੀਂ, ਸੱਚੀ ਗੱਲ ਹੈ ਕਿ ਮੈਂ ਅਤੇ ਉਹ ਕਿਹੜੀ ਫਿਲਮ ਸੀ, ਕੀ ਕਿਹੜਾ ਸ਼ਹਿਰ ਸੀ ਜਿੱਥੇ ਤੁਸੀਂ ਪਹਿਲੀ ਵਾਰੀ ਘੋੜੇ 'ਤੇ ਚੜ੍ਹੇ ਤਾਂ ਅੱਗੋਂ ਕੀ ਹੋਇਆ? ਉਹ ਸ਼ਹਿਰ ਵੀ ਨਹੀਂ ਸੀ, ਉਹ ਹੈਗਾ ਸੀ ਬੇਲਾ ਜੰਗਲ, ਸ਼ਵਾਬ ਸਟੂਡੀਓ ਦੀ ਬੈਕ ਸਾਈਡ 'ਤੇ ਜਿੱਥੇ ਵਾਂਡਮ ਨਹੀਂ ਫਿਲਮਾਂ 'ਤੇ ਕਰਦੇ, ਦਰਖਤ ਹੀ ਦਰਖਤ, ਅੱਗੇ ਦਰਿਆ ਹੈ ਰਾਵੀ, ਉੱਥੇ ਸ਼ੂਟਿੰਗ ਹੋ ਰਹੀ ਸੀ 1 ਜੁਲਾਈ, ਅਤੇ ਕੈਫੀ ਸਾਹਿਬ ਅੱਲਾ ਜੀ ਨਸੀਬ ਕਰੇ ਮੈਨੂੰ ਕਹਿੰਦੇ ਨੇ ਮਿਰਜ਼ਾ ਨੇ ਘੋੜੇ 'ਤੇ ਬਹਿੜਾ ਤੁਸੀਂ। ਮੈਂ ਕਿਹਾ ਸਰ ਮੈਂ ਕਦੀ ਘੋੜਾ 'ਤੇ ਚੜਾਇਆ ਨਹੀਂ। ਲੋ ਮਿਰਜ਼ਾ ਕੀ ਗੱਲ ਪਿਆ ਕਰਨਾ ਤੂੰ, ਹੈਂ ਕਮਾਲ ਕਰਨਾ ਪਿਆ ਤੂੰ, ਮਨਵਰ ਕਿੱਦਾਂ ਅੱਛਾ ਰਹਿੰਦਾ ਸੀ, ਮਨਵਰ ਸੀ ਕਿੱਦਾਂ ਦਾ ਰਿਹਾ ਸੀ, ਹੈਂ ਅਤੇ ਮਨਵਰ ਕਿੱਦਾਂ ਘੋੜਾ 'ਤੇ ਲਾਉਂਦੇ, ਉੱਥੇ ਤੂੰ ਵੀ ਬਹਿਣਾ, ਤੂੰ ਵੀ ਬਹਿਣਾ। ਮੈਂ ਮੰਨ ਗਿਆ, ਮੈਂ ਅੱਛਾ ਜੀ ਬਹਿ ਜਾਂਦੇ ਜੀ ਘੋੜੇ 'ਤੇ, ਅਤੇ ਹੁਣ ਇਹ ਗੱਲ ਫੈਲ ਗਈ ਜੀ ਮੈਂ ਫਸਟ ਟਾਈਮ ਘੋੜੇ 'ਤੇ ਬਹਿਣਾ, ਅਤੇ ਇਹ ਫਾਈਟਰਾਂ ਨੂੰ ਪਤਾ ਲੱਗ ਗਿਆ।
एक फाइटर है मैं कहता सलाम अलैकुम जी मैं हवाल सलाम सुने घोड़े से बह रहे हो मैं खान जी बह रहे जी बस वो कन्न च जा कहना गाजी मरदा इस तरह रख ली घोड़े घोड़े दे तो मैं लंघते घोड़े के कर से भी गया मैं गाजी मरदा इस तरह रख ली फिर आ गया कहना जी घोड़े से बह रहे हो मैं आहो यार घोड़े से बह रहा वजू कर लेना घोड़े से चढ़न लगू मैं अच्छा जी मैं वजू भी कर लिया ठीक है जी फिर कहा घोड़े से बह रहे हो मैं हाँ यार घोड़े से बह रहा सजा पैर रखना जी पहले किनिया एहतियात मैं उन्होंने दसिया मैं क्या अच्छा जी वो जो शूटिंग शुरू हुई ना जी कैमरा साढ़ा कोई मेरे ख्याल डेढ़ किलोमीटर दूर कैमरा से सू कैमरे एडे एडे नज़र आ रहे सन तो उन्होंने दूरों फिल्मी घोड़े ना ये आवाज़ से लगे ने या उन्होंने रुमाल इंज करना एक्शन तो घोड़े दौड़ पैना आप ही दौड़ पैना मैं तो बाबर अली साहब सर उन्होंने कहा जी एक्शन तो घोड़े दौड़े ने मेरा भी दौड़िया तो बाबर अली साहब भी दौड़िया हूँ घोड़े दौड़ रहे हैं तो मैनू सिर्फ इन्नी आवाज़ पिछों बाबर अली साहब की आ रही सरदार भाई अपना घोड़ा आगे से हटा लो मैं कैसे हटा लूँ भाई मैनू नहीं पता लगा कि मेरा घोड़ा जिहड़ा किधर चला गया बाबर अली शूटिंग वाले किधर चल गए कैमरा किधर चला गया पंद्रह क मिनटा बाद जो मैं वेख्या तो घोड़ा एक दरख्त के थले खड़ोता सह लै रहा तो उत्ते मैं बैठा तो स्पीकर च आवाज़ा आ रही ने सरदार कमाल साहब कहाँ हो सरदार कमाल साहब कहाँ हो अद्धे घंटे बाद उन्होंने मैनू लभ्या तो डायरेक्टर साहब कहते तुम आए नहीं मैं जी ये नहीं आया जानी तो फिल्म का ना बड़ा मज़ेदार काम है वो एक फिल्म मैं हीरो सा तो मैं गया तो उन्होंने मैं शीशा विखाया तो वेख्या तू मेरे इतों भी वाल चिट्टे इतों भी चिट्टे तो कोई वाल वूल भी बधे हुए तो मैं हीरो फिल्म का तो मेकअप मैं आवाज मारी मैं शहजादे हीरो शीशा हीरो मैं हीरो यार तो गाना पिक्चर हो रहा सी स्विमिंग पूल दे विच मंजी डाई तो बारिश हो रही गाना मेरे तो पिक्चर हो रहा बारिश भी हो स्विमिंग पूल च पानी भी सी पानी भी सी ते अच्छा उधर विच मंजी डाई मंजी डाई तो गाना पिक्चर होना ठीक है जी तो हुण मैं तैयार होकर बैठा तो उधरों पप्पू सपराट साहब ने आवाज़ दी हीरो तो जो हीरो क्या था मेरे अंदर तो भी हीरो जाग गया मैं कहा यार मैं हीरो तो मम्मी ने स्विमिंग पूल जम मारे जम मार के तो मैं तर के जो तक मैं पहुंचिया ना अपनी हीरवन तक तो हीरो सह चढ़ गया नहीं रल रहा तो मैंने कहा जी यार लड़की ने चुके बाजुआ तो यूं करके अपने टर्न लेनी है तो उन्होंने मेरे वाले इं करके वेखिया तो कुड़ी ने थले छड़ सक हीरो ये क्या है वह सारी कलक चो गई मैं पप्पू रौला ना पाई हीरो भग गया इज्जत रखी यार हीरो भग गया सारा फिल्मों के बड़े बड़े मजेदार काम हो रहे अच्छा साढ़े पाकिस्तान होता भी इदा का हिसाब किताब मतलब पिंड छावं ये वो अजीब अजीब ड्रामे तौबा मैं कहना जी एक गाना पिक्चर हो रहा फिल्म का की ना से उन्होंने रहीम शाह साहब सन जे चन्ना वे चन्ना सिंगर रहीम शाह साहब वो सन काफ़ी मॉप तो वो गाना दिखाया कि शादी है शादी से ना असं नचते नुचते जा रहे हैं तो एक जगह से तंबू लगे ने इन्होंने नहीं पूछा कि कहदे ने इन्हें कहा यार तंबू लगे ने तो असं बरात वाले का घर विखा सकते उन्हें कहा तुम इतों नचते नचते बाजे इतने तक आना है असं जो नचते नचते बाजे वाले तक उत्थे तंबू तक पहुँचे तो अंदरों डांग वाले बंदे बाहर आ गए उन्होंने कहा खलो जाओ थोड़ी असी तो साढ़े प्यो के कोल हो रहे तुझे फैसल रामे होंगे ना उदो जो इंज 15 मिनट बाद अखा खुलियां घोड़े ने कले खलोते होना उत्ते खलोते होना बहुत अच्छा टैलेंट है बड़े बड़े अच्छे मुंडे ने ते मेरी ख्वाहिश है कि फैसलाबाद तो एक फिल्म शुरू होनी चाहिए हाँ भाजी जरूर पंजाबी फिल्म शुरू होनी चाहिए जो साड़ी जबान है क्योंकि पूरी दुनिया से तुहानू वेख्या जा रहा और गल सुनाया जा रहा और गल पसंद किया भाजी फिल्म तुसी लिखो
ਸਕ੍ਰਿਪਟ ਤੁਸੀਂ ਲਿਖੋ, ਮੁੰਡੇ ਸਾਡੇ ਕੋਲ ਕਰੈਕਟਰ ਨੇ ਮਿੱਠਾ ਫਰੀਦ ਚਾਰ ਏ, ਦੋ ਤਿੰਨ ਹੋਰ ਨੇ, ਇੱਕ ਦੋ ਅੱਛੀਆਂ ਫੀਮੇਲਸ ਹੀਰੋਇਨ ਟਾਈਪ ਪਾਵਾਂਗੇ ਵਿੱਚ, ਔਰ ਆਪਸ 'ਚ ਨਾਲ ਤੁਸੀਂ ਸਕ੍ਰਿਪਟ ਤੁਸੀਂ ਦੇਣਾ। ਦੇਖੋ ਜੀ, ਮੇਰਾ ਤਾਂ ਹਮੇਸ਼ਾ ਤੋਂ ਮੈਂ ਹਾਜ਼ਰ ਰਿਹਾ ਵਾਂ ਫੈਸਲਾਬਾਦ ਲਈ। ਮੈਂ ਕਿਹਾ ਬਿਸਮਿਲਾ ਕਰਕੇ ਤੁਸੀਂ ਕੋਈ ਕੰਮ ਸ਼ੁਰੂ ਕਰੋ, ਮੈਨੂੰ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਹਾਜ਼ਰ ਹੋ। ਭਾਅ ਜੀ, ਤੁਸੀਂ ਸਕ੍ਰਿਪਟ ਤੁਸੀਂ ਦੇਣਾ ਲਿਖ ਕੇ ਆਈਡੀਆ। ਠੀਕ ਹੈ ਜੀ, ਠੀਕ ਆ ਜੀ। ਸਾਨੂੰ ਇਹ ਪਤਾ ਵਾ ਕਿ ਅਸੀਂ ਇਹ ਗੱਲਾਂ ਇੱਥੇ ਕਰਨੀਆਂ, ਸਾਨੂੰ ਇਹ ਨਹੀਂ ਪਤਾ ਕਿੱਧਰੋਂ ਆਉਣਾ ਕਿੱਧਰ, ਯਾਨੀ ਸਕਰੀਨ ਪਲੇ ਜਿਹਨੂੰ ਕਹਿੰਦੇ ਨੇ ਉਹ ਸਾਰੇ ਤੁਸੀਂ ਲਿਖ ਕੇ ਦੇਣੇ ਨੇ। ਅੱਛਾ ਜੀ, ਮੈਂ ਹੁਣ ਅਰਜ਼ੀ ਕਰਨ ਜਾ ਰਿਹਾ, ਹੁਣ ਜਿਵੇਂ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਹਾਂ, ਅੱਜ ਤੋਂ ਕੋਈ ਥੋੜ੍ਹੇ ਸਾਲ ਪਹਿਲੇ ਬਲਕਿ ਜ਼ਿਆਦਾ ਸਾਲ ਪਹਿਲੇ ਜਦੋਂ ਅਸੀਂ ਉਹਨਾਂ ਦੀ ਫਿਲਮ ਵੇਖਣੀ ਹੁੰਦੀ ਸੀ ਨਾ, ਤਾਂ ਅਸੀਂ ਕਹਿੰਦੇ ਸੀ ਯਾਰ ਇਹ ਫਿਲਮ ਕਿਉਂ ਬਣਾਉਂਦੇ ਨੇ, ਹਾਂ, ਸਾਨੂੰ ਲੱਗਦਾ ਸੀ ਯਾਨੀ ਇਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਗੀ। ਹੁਣ ਅੱਲਾ ਸ਼ਾਹਿਦ ਹੈ ਕਿ ਜਿਹੋ ਜੀ ਉਹ ਫਿਲਮ ਬਣਾ ਰਹੇ ਨੇ, ਸਹੀ ਗੱਲ, ਠੀਕ ਹੈ ਜੀ। ਹੁਣ ਅਸੀਂ ਤਰਸੀਆਂ ਨਗਾਵਾਂ ਨੂੰ ਵੇਖਣਗੇ ਯਾਰ ਉਹ ਕਿੰਨਾ ਅੱਛਾ ਕੰਮ ਕਰ ਰਹੇ, ਅਤੇ ਉਹਨਾਂ ਨੇ ਵੀ ਇਹ ਕੰਮ ਇਸੇ ਹੀ ਤਰੀਕੇ ਨਾਲ ਸ਼ੁਰੂ ਕੀਤਾ ਸੀ, ਮਤਲਬ ਉਹਨਾਂ ਕੋਈ ਐਡੀ ਅਮਾਊਂਟ ਨਹੀਂ ਸੀ, ਪੈਸੇ ਨਹੀਂ ਸੀ, ਕੋਈ ਸਹੂਲਤਾਂ ਨਹੀਂ ਸੀਗੀਆਂ, ਠੀਕ ਹੈ ਜੀ। ਇਹ ਇਸੇ ਤਰ੍ਹਾਂ ਇੱਕ ਬੰਦਾ ਜਿਹੜਾ ਹੁੰਦਾ ਹੈ ਅੱਲਾਹ ਤਾਲਾ ਉਹਨੂੰ ਬਣਾਉਂਦਾ, ਲਾੜਾ ਬਣਾਉਂਦਾ, ਅਤੇ ਉਹ ਲਾੜੇ ਨੂੰ ਤਸਲੀਮ ਕਰਨਾ ਚਾਹੀਦਾ, ਠੀਕ ਹੈ ਨਾ ਜੀ। ਅੱਲਾ ਨੇ ਤੁਹਾਡੇ 'ਤੇ ਕਰਮ ਕੀਤਾ, ਅਤੇ ਜਿੰਨੇ ਤੁਹਾਡੇ ਨਾਲ ਲੋਕ ਕੰਮ ਕਰਦੇ ਨਾ, ਉਹ ਇਹ ਨਾ ਸਮਝਣ ਕਿ ਮੈਂ ਮੇਰੀ ਵਜ੍ਹਾ ਨਾਲ ਕੋਈ ਸ਼ੋਅ ਜਾਂ ਮੇਰੀ ਵਜ੍ਹਾ ਨਾਲ ਫਿਲਮ ਹੈ, ਜੇ ਤੇ ਰੱਬ ਦੀ ਮਿਹਰ ਹੈ ਉਹ ਉਸ ਬੰਦੇ ਨੂੰ ਮੰਨਣਾ ਚਾਹੀਦਾ। ਕਿਉਂਕਿ ਤੁਸੀਂ ਵੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਵੇਖਿਆ, ਅਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਤੁਸੀਂ ਬੰਦੇ ਕਿੰਨੇ ਵੇਖੇ? ਬਹੁਤ, ਮੇਰਾ ਖਿਆਲ 5 ਬੰਦੇ ਤਾਂ ਕਮ ਸੇ ਕਮ ਉਹਨਾਂ ਦੇ ਨਾਲ, ਸਾਰੇ ਇੱਕ ਤੋਂ ਇੱਕ, ਇੱਕ ਤੋਂ ਇੱਕ, ਇੱਕ ਤੋਂ ਇੱਕ ਹੁੰਦਾ ਸੀ, ਅਤੇ ਹਰ ਬੰਦਾ ਕਹਿੰਦਾ ਸੀ ਜੇ ਮੈਂ ਨਾ ਹੋਵਾਂ ਤਾਂ ਇਹ ਨਹੀਂ ਗਾ, ਮੈਂ ਵਾਂ ਨੁਸਰਤ, ਮੈਂ ਵਾਂ ਤਾਂ ਨੁਸਰਤ, ਮੈਂ ਵਾਂ ਤਾਂ ਨੁਸਰਤ, ਸਿਰਫ ਇੱਕ ਨੁਸਰਤ ਗਿਆ, ਉਹ ਕਦੀ ਬਾਕੀ 24 ਬੰਦੇ ਤੁਹਾਨੂੰ ਮਿਲੇ ਨੇ? ਬਾਕੀ ਫੁਰਸਤ ਰਹਿ ਗਈ ਸਿਰਫ, ਮਤਲਬ ਤੁਸੀਂ ਜਿੱਦਾਂ ਵੀ ਹੋਣਗੇ ਤਾਂ ਨਹੀਂ ਮਿਲੇ। ਹਾਂਜੀ, ਸੁਲਤਾਨ ਰੀ ਸਭ ਇੱਕ ਸਨ, ਠੀਕ ਹੈ ਜੀ, ਹਰ ਬੰਦਾ ਸੁਲਤਾਨ ਰੀ ਬਣ ਰਿਹਾ ਸੀ, ਇਹ ਨਹੀਂ ਹੁੰਦਾ। ਸੁਲਤਾਨ ਰੀ ਇੱਕ ਗਿਆ ਤਾਂ ਫਿਲਮ ਇੰਡਸਟਰੀ ਬੰਦ ਸੀ, ਮੈਡਮ ਨੂਰਜਾਂ ਇੱਕ ਸੀ, ਠੀਕ ਹੈ ਜੀ, ਉਹ ਗਈ ਇੰਡਸਟਰੀ ਬੰਦ। ਅਤੇ ਇਹ ਨਹੀਂ, ਜਿਹੜਾ ਮੌਸਮ ਹੋਵੇ, ਜਿਹੜਾ ਮਿਹਰਬਾਨ ਹੋਵੇ, ਜਿੱਥੇ ਰੱਬ ਨੇ ਮਿਹਰ ਕੀਤੀ ਹੋਵੇ, ਉਹਦੀ ਇੱਜ਼ਤ ਵੀ ਕਰੋ, ਉਹਦਾ ਇਹਤਰਾਮ ਵੀ ਕਰੋ। ਇਹ ਮੈਂ ਤਾਂ ਤੁਹਾਨੂੰ, ਦੋਸਤਾਂ ਨੂੰ, ਬੱਚਿਆਂ ਨੂੰ, ਭਾਅ ਜੀ ਤੁਸੀਂ ਫਿਲਮ ਲਿਖੋ, ਸਕਰੀਨ ਪਲੇ ਸਾਨੂੰ ਬੁਲਾ ਕੇ ਦਿਓ, ਜਿਹੜਾ ਤੁਹਾਡਾ ਇੱਕ ਐਕਸਪੀਰੀਅੰਸ ਆ ਲਾਈਫ ਦਾ ਤੁਸੀਂ ਸਾਨੂੰ ਉਹ ਦਿਓ, ਸਾਡੇ ਕੋਲੋਂ ਤੁਹਾਨੂੰ ਜੋ ਚਾਹੀਦਾ ਅਸੀਂ ਹਾਜ਼ਰ ਹਾਂ, ਅਸੀਂ ਪੂਰਾ ਜ਼ੋਰ ਲਾ ਦਿਆਂਗੇ। ਬਿਲਕੁਲ ਸਹੀ ਹੈ, ਚਲੋ ਠੀਕ, ਇਨਸ਼ਾਅੱਲਾ ਤਾਲਾ। ਮੈਨੂੰ ਫਿਲਮ ਲਿਖਣ ਤੋਂ ਗੱਲ ਯਾਦ ਆ ਗਈ, ਸਾਡੀ ਗੁੱਜਰ ਬਰਾਦਰੀ ਫਿਲਮਾਂ ਬਣਾਉਂਦੀ ਸੀ, ਪ੍ਰੋਡਿਊਸਰ ਤੇ। ਅੱਛਾ ਭਾਈ, ਤੁਸੀਂ ਵਾਕਈ ਗੁੱਜਰ ਹੋ? ਹਾਂਜੀ, ਹੁਣ ਮੈਂ ਤੁਹਾਨੂੰ ਮੱਝ ਚੋ ਕੇ ਵਿਖਾਵਾਂ। ਨਹੀਂ, ਜ਼ਰੂਰੀ ਨਹੀਂ ਵੀ ਗੁੱਜਰ ਮੱਝ ਹੀ ਚੋਂਦੇ ਨੇ, ਮੱਝ ਤਾਂ ਮੈਂ ਬੰਦਾ ਵੀ ਚੋ ਲੈਂਦੇ ਨੇ। ਅੱਛਾ, ਇਹ ਜਿਹੜੇ ਮਤਲਬ ਇੱਕ ਖਾਨ ਸਾਹਿਬ ਲੋਕ ਹੁੰਦੇ ਨੇ, ਹਾਂਜੀ, ਕਦੀ ਇੱਦਾਂ ਦਾ ਵਾਕਿਆ ਜੈਨਵਨ ਕਿ ਕਿਸੇ ਜਗ੍ਹਾ 'ਤੇ ਨਾ, ਜਿੱਦਾਂ ਅਮਾਨ ਸਾਹਿਬ ਸੀ, ਸ਼ਰੀਫ ਆਦਮੀ ਸੀ, ਮਤਲਬ ਥੋੜ੍ਹਾ ਕਿਸੇ ਨੇ ਵੀ ਅੱਗੋਂ ਚੱਲਣਾ ਤਾਂ ਫੌਰਨ ਮਤਲਬ ਨਾ ਮਾਦਰਤ ਕਰ ਲੈਂਦੇ ਸੀ ਜਾਂ ਸੁਲਾਹ ਕਰ ਲੈਣੀ, ਅਤੇ ਮਤਲਬ ਤੁਸੀਂ ਹੁਣ ਖੂਨ ਤਾਂ ਗੁਜਰਾਂ ਦਾ ਹੀ ਆ ਨਾ ਅੰਦਰ, ਅਤੇ ਕਦੀ ਇੱਦਾਂ ਹੋਇਆ ਵੀ ਕਿਤੇ ਕੋਈ ਅੱਗੋਂ ਐਸਾ ਕੋਈ ਬੰਦਾ ਟੱਕਰ ਗਿਆ ਹੋਵੇ ਵੀ ਜਿਹਨੇ ਸਮਝਿਆ ਹੋਵੇ ਕਿ ਯਾਰ ਇਹ ਵੀ ਕੋਈ ਖਾਨ ਸਾਹਿਬ ਹੀ ਹੋਣਾ ਤਾਂ ਪਿਆ ਹੋਵੇ, ਅਤੇ ਅੱਗੋਂ ਦੀ ਤੁਸੀਂ ਦੱਸਿਆ ਵੀ ਨਹੀਂ ਬੇਟੇ ਮੈਂ ਢਾੜੀ ਨਹੀਂ, ਮੈਂ ਗੁਜਰ ਹਾਂ। ਯਾਰ ਮੈਂ ਕਹਿੰਦਾ ਕਿ ਇਸ ਕੰਮ ਨੂੰ ਜਿੰਨਾ ਜਿੰਨੇ ਸਾਲ ਹੋ ਗਏ ਕੰਮ ਕਰਦੇ ਕਰਦੇ ਨਾ, ਮੈਂ ਕਹਿੰਦਾ ਬਿਹਤਰੀਨ ਜ਼ਿੰਦਗੀ ਹੈ ਜਿਹੜੀ ਅਸੀਂ ਗੁਜ਼ਾਰ ਰਹੇ। ਲੜਨਾ ਅੱਛੀ ਗੱਲ ਨਹੀਂ, ਭੈੜੀ ਗੱਲ ਨਹੀਂ, ਕਿਤੇ ਗੁਜਰ ਜਾਗ ਪਿਆ ਹੋਵੇ। ਮੈਂ ਕਹਿੰਦਾ ਕਿ ਸਿਰਫ ਇੱਜ਼ਤ ਗੈਰਤ ਦੀ ਗੱਲ ਨਾ ਹੋਵੇ, ਧੀ ਭੈਣ ਦੀ ਗੱਲ ਨਾ ਹੋਵੇ, ਬਾਕੀ ਹਰ ਕੁਛ ਬਰਦਾਸ਼ਤ ਕਰ ਲਓ। ਪੈਸੇ ਜਾਂਦੇ ਨੇ, ਜਾਣ ਦਿਓ ਯਾਰ, ਕੋਈ ਮਜ਼ਾਕ ਕਰਦਾ ਜਾਣ ਦਿਓ। ਜਿੱਥੇ ਧੀ ਭੈਣ ਇੱਜ਼ਤ ਦੀ ਗੈਰਤ ਦੀ ਗੱਲ ਹੋਵੇ, ਉੱਥੇ ਗੁਜਰ ਕੀ, ਉੱਥੇ ਢਾੜੀ ਵੀ ਹੋਏਗਾ ਤਾਂ ਵੀ ਖਲੋ ਜਾਏਗਾ। ਹਾਂ, ਸਹੀ ਗੱਲ, ਉੱਥੇ ਖਲੋ ਜਾਣਾ ਚਾਹੀਦਾ, ਉਸ ਗੱਲ 'ਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਠੀਕ ਹੈ ਨਾ ਜੀ? ਸਹੀ ਗੱਲ। ਉਹ ਮੈਂ ਤੁਹਾਨੂੰ ਫਿਲਮ ਦੀ ਗੱਲ ਦੱਸ ਰਿਹਾ ਸਾਂ ਕਿ ਗੁਜਰ ਪ੍ਰੋਡਿਊਸਰ ਨੇ ਅਤੇ ਉਹਨਾਂ ਨੇ ਰਾਈਟਰ ਲੈ ਲਿਆ ਇੱਕ ਕਰਾਚੀ ਦਾ ਉਰਦੂ, ਅਤੇ ਮਹਿੰਗੀ ਤਰੀਨ ਫਿਲਮ ਸ਼ੁਰੂ ਹੋ ਗਈ, ਅਤੇ ਹੁਣ ਫਿਲਮ 'ਤੇ ਕਾਫੀ ਪੈਸੇ ਲੱਗ ਗਏ ਨੇ, ਅਤੇ ਉਹ ਗੁਜਰ ਸਾਹਿਬ ਪੁੱਛ ਰਹੇ ਨੇ ਰਾਈਟਰ ਨੂੰ, ਕਹਿੰਦੇ ਆਪਣਾ ਰਾਈਟਰ ਸਾਹਿਬ ਇਹ ਫਿਲਮ ਦਾ ਵੈਂਡਰ ਕੀ ਹੈਗਾ? ਉਹ ਗੋ ਕਰਾਚੀ ਵਾਲਾ ਕਹਿ ਰਿਹਾ ਆਪ ਵੈਂਡਰ, ਵੈਂਡਰ ਤੋਂ ਨਾਦਰੀ ਨੂੰ ਮੁਰਾਦ ਹੁੰਦੀ ਹੈ ਐਂਡ ਕੀ ਹੈ, ਐਂਡ ਕੀ, ਖਤਮ ਕਿੱਥੇ ਹੋਣੀ ਆ, ਆਖਰੀ ਸੀਨ ਕੀ ਹੈ? ਮਤਲਬ ਵਿਚਾਰਾ ਹੀ ਪੁੱਛੀ ਰਹੇ, ਪੈਸੇ ਲੱਗੀ ਜਾ ਰਹੇ, ਰਾਈਟਰ ਸਾਹਿਬ ਫਿਲਮ ਦਾ ਵੈਂਡਰ ਕੀ ਹੈਗਾ? ਉਹ ਕਹਿ ਰਿਹਾ ਮੇਰੇ ਜ਼ਿਹਨ ਮੇ, ਹਾਂ ਨਹੀਂ ਨਹੀਂ ਤੁਹਾਡੇ ਜ਼ਿਹਨ 'ਚ ਹੋਣਾ ਚਾਹੀਦਾ ਹੈ। ਹੈਂਜੀ, ਉਹ ਫਿਰ ਫਿਲਮ ਬਣਨੀ ਸ਼ੁਰੂ ਹੋ ਗਈ, ਕਾਫੀ ਪੈਸੇ ਲੱਗ ਗਏ, ਫਿਰ ਉਹਨੇ ਕਿਤੇ ਕਹਿੰਦਾ ਰਾਈਟਰ ਸਾਹਿਬ ਫਿਲਮ ਦਾ ਵੈਂਡਰ ਕੀ ਹੈਗਾ? ਇਹ ਤਾਂ ਮੈਨੂੰ ਬਤਾਇਆ ਨਾ ਮੇਰੇ ਜ਼ਿਹਨ ਮੇ ਹੈ, ਹਾਂ ਨਹੀਂ ਕਹਿੰਦਾ ਜ਼ਿਹਨ 'ਚ ਹੁੰਦਾ ਇਹਨਾਂ ਦੇ। ਜਦੋਂ ਬਹੁਤੇ ਪੈਸੇ ਲੱਗ ਗਏ, ਕਹਿੰਦਾ ਰਾਈਟਰ ਸਾਹਿਬ ਫਿਲਮ ਦਾ ਵੈਂਡਰ ਕੀ ਹੈਗਾ? ਕਹਿੰਦਾ ਮੇਰੇ ਜ਼ਿਹਨ ਮੇ, ਕਹਿੰਦਾ ਓਏ ਤੈਨੂੰ ਬ੍ਰੇਨ ਹੈਮਰੇਜ ਹੋ ਜਾਏ, ਮੈਂ ਕਿਹਨੂੰ ਪੁੱਛਾਂਗਾ, ਤੇਰਾ ਜ਼ਿਹਨ ਫਿਰ ਜਾਏ, ਉਹ ਬਾਹਰ ਕੱਢ ਕੇ ਸਾਨੂੰ ਦੇ ਯਾਰ ਕੀ ਬਸਵਾ ਇੱਥੇ ਕਹਿੰਦਾ ਫੈਂਡਮ ਸਾਨੂੰ। ਓਏ ਹੋਏ, ਅੱਛਾ ਫੈਸਲ ਸਾਹਿਬ ਤੁਸੀਂ ਕੀ ਚਾਹ ਰਹੇ ਹੋ ਮਤਲਬ? ਸਰ ਮੈਂ ਇੱਕ ਤੇ ਜਦੋਂ ਇਹਨਾਂ ਦੀ ਫਿਲਮ ਕਰਾਂਗਾ ਤੇ ਮੈਂ ਵਿਦਆਊਟ ਪੇਮੈਂਟ। ਅੱਛਾ ਤੂੰ ਇਹਨਾਂ ਦੀ ਫਿਲਮ ਵੀ ਕਰਨੀ ਹੈ, ਤੂੰ ਸੋਚ ਲਿਆ? ਸੋਚ ਲਿਆ। ਅੱਛਾ ਜਿਹੜੀ ਅਸੀਂ ਫਿਲਮ ਇੱਕ ਮਿਸਾਲ ਬਣਾਉਣੀ ਸ਼ੁਰੂ ਕਰਦੇ ਹਾਂ, ਉਹ 'ਚ ਤੂੰ
ਨਹੀਂ ਸਰਦਾਰ ਸਾਹਿਬ ਮੈਂ ਸਟਾਰ ਬਣਨਾ ਚਾਹ ਰਿਹਾ ਵਾਂ ਤੇ ਉਹਦੇ ਵਾਸਤੇ ਮੈਂ ਕੀ ਕਰਾਂ, ਸਬਰ ਤੇ ਮੈਂ ਬੜਾ ਕਰ ਲਿਆ ਤੇ ਮੈਂ ਕਰਦਾ ਪਿਆ ਵਾਂ। ਮੇਰਾ ਖਿਆਲ ਤੁਸੀਂ ਹੁਣ ਸਟਾਰ ਬਣਨ ਜਾ ਰਹੇ ਹੋ ਇਨਸ਼ਾਅੱਲਾ, ਤੇ ਕਿਤੇ ਭੁਲੇਖੇ ਨੇ ਈਦ ਵਾਲਾ ਡਰਾਮਾ ਨਾ ਫੜ ਲੈਣਾ। ਭਾਜੀ ਇਹਦੇ ਥੱਲੇ ਅਸੀਂ ਸਾਰੇ ਹੀ ਕੰਮ ਕਰਦੇ ਹਾਂ, ਫੈਸਲ ਰਾਮੇ ਦੇ ਜਿਹੜੇ ਕਮੈਂਟਸ ਆਉਂਦੇ ਨਾ ਥੱਲੇ, ਹਾਂਜੀ ਯਕੀਨ ਕਰੋ ਇਹੀ ਆਉਂਦੇ ਆ ਕਿ ਨੈਕਸਟ ਆਉਣ ਵਾਲਾ ਲੈਜੈਂਡ ਹੈ ਫੈਸਲ ਰਾਮੇ ਵਰਗਾ ਕਾਮੇਡੀਅਨ ਕੋਈ ਨਹੀਂ, ਯਾਰ ਇੰਨਾ ਇਹਨੂੰ ਪਿਆਰ ਮਿਲਦਾ। ਯਕੀਨ ਤੂੰ ਪੜ੍ਹ ਲਾ, ਤੁਸੀਂ ਆਪ ਪੜ੍ਹ ਲਓ। ਚਲੋ ਨਹੀਂ ਤਾਂ ਨਾ ਸਹੀ ਫਿਰ। ਅੱਛਾ ਯਾਰ ਨਹੀਂ ਮੈਂ 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 ਕਹਾਂਗਾ ਯਾਰ ਮੈਂ ਕੱਟ ਦੇਣਾ ਹੈ, ਰੋਂਗਟੇ ਖੜੇ ਹੋਣਾ, ਦਿਲ ਘਬਰਾਉਣ ਲੱਗ ਗਿਆ ਹੁਣ। ਜੈਨੂਇਨ ਗੱਲ, ਬੋਤਲ ਮੰਗਵਾਉਣੀ ਪੈ ਜਾਣੀ, ਰੋਂਗਟੇ ਫਿਰ ਖੜੇ ਹੋ ਗਏ। ਹਲੋ ਬਸ ਰੋਂਟ ਗਏ, ਰੋਂਟ ਕੇ ਖੜੇ ਹੋ। ਲੇਕਿਨ ਮੈਂ ਸਰਦਾਰ ਸਾਹਿਬ ਕਦੇ ਆਊਟ ਨਹੀਂ, ਸ਼ੁਕਰਾ ਨਹੀਂ ਹੁੰਦਾ ਤੁਸੀਂ ਹਿੱਟ ਹੋਣ ਤੋਂ ਡਰਨੇ ਆ, ਨਹੀਂ ਸ਼ੁਕਰਾ ਨਹੀਂ ਹੋਈ ਤੁਹਾਨੂੰ, ਅੱਲਾ ਦਾ ਸ਼ੁਕਰ ਕਰਕੇ। ਆਹੋ ਇੱਕ ਮਿੰਟ ਸਾਰ ਨੇ, ਇੱਥੇ ਇੱਕ ਮਿੰਟ ਸਾਰ ਨੇ, ਠੀਕ ਹੈ ਸ਼ੁਕਰ ਸ਼ੁਕਰ। ਅੱਛਾ ਫਿਰ ਮੈਂ ਨਾ ਕਦੇ ਆਊਟ ਆਫ ਕੰਟਰੀ ਤੁਸੀਂ ਗਏ, ਉੱਥੇ ਮੇਰਾ ਜ਼ਿਕਰ ਤਾਂ ਹੁੰਦਾ ਹੋਣਾ। ਅੱਛਾ ਹੁਣ ਲਾਈਏ ਬਾਤ, ਉਹ ਗੰਦੇ ਇੰਜਣ ਹੁੰਦੇ ਸੀ ਉਹ ਹੈ ਨੇ ਜੀ? ਸ਼ਹਿਰ ਚ ਨੀ ਆ ਗਿਆ ਅਲਾਈਆਬਾਦ, ਸ਼ਹਿਰ ਚ ਬਿਲਕੁਲ ਮੇਰਾ ਘੋੜਾ ਜਾਏਗਾ ਤੇ ਮੈਂ ਫਿਲਮ ਕਰਕੇ ਉਧਰ ਆ ਜਾਵਾਂ। ਕਦੀ ਵੀ ਨਹੀਂ ਆਏਗਾ ਉਹ, ਜਿਹੜਾ ਭੁੱਖਾ ਪਿੰਡ ਉਹਨਾਂ ਘੋੜਾ ਸੇਵਾ ਕਰ ਲੈਣਾ। ਤੁਸੀਂ ਬੈਠਾ ਪੂਰੀ ਮਲਖਾਂ ਵਾਲਾ? ਨਹੀਂ ਜੀ ਮਲਖਾਂ ਵਾਲਾ ਨਹੀਂ, ਫਲੈਗ ਪੀਰ, ਯਾਨੀ ਕਿ ਝੰਡਾ ਪੀਰ। ਝੰਡਾ ਪੀਰ ਜੀ ਜੀ, ਚਮਨਜ਼ਾਰ ਕੁਲਣੀ ਗਲੀ ਨੰਬਰ 1 ਤੇ ਲੈ ਕਾਂਗਰਸ ਦਾ ਕਾਨੂੰਨ ਨਹੀਂ ਹੱਲੇ ਤੀਕਰ। ਹਾਂ ਉਹ ਜਿਹੜੀ ਪੁਲਿਸ ਗੱਛੇ ਪਾ ਕੇ ਤੇ ਘੋੜਿਆਂ ਤੇ ਆਉਂਦੀ ਹੈ, ਅਲਾਈਆਬਾਦ ਦੇ ਲੋਕਾਂ ਵਿੱਚ ਹਲੇ ਆ ਕੇ ਵਜ਼ੀਰ ਅਜ਼ਮ ਲਿਆਕਤ ਅਲੀ ਖਾਨ ਵਾ ਉੱਥੇ ਸੀ। ਇਹਨਾਂ ਦੇ ਪਿੰਡ ਤੇ ਕਿਸੇ ਨੇ ਕਿਹਾ ਵੀ ਤਕਲੀਫ ਆ ਕੋਈ? ਤੇਰਾ ਸਾਰਾ ਸ਼ੀਸ਼ੇ ਦਾ ਵਾ, ਪਿੰਡ ਚ ਵੀ ਦੂਜਾ ਖੀਸਾ ਨਹੀਂ ਲਵਾਉਂਦੇ, ਕਹਿੰਦੇ ਪੱਥਰੀ ਹੋ ਜਾਂਦੀ ਹੈ। ਇਹ ਵੀ ਗੱਲ ਹੈ ਕਰਦਾਲੀ, ਦੂਜੇ ਖੀਸੇ ਨਾਲ ਮੈਂ ਜੇਬ ਲਵਾਉਂਦਾ ਹੀ ਨਹੀਂ ਕਿਉਂਕਿ ਮੇਰੇ ਕੋਲ ਪੈਸੇ ਹੀ ਨਹੀਂ ਹੁੰਦੇ, ਤੇ ਮੈਂ ਯੂਰਪ ਜਾਣਾ ਹੋਵੇ ਤੇ ਵੈਸੇ ਜੇਬ ਲਵਾਉਣ ਦੀ ਕੀ ਲੋੜ ਹੈ ਜਦੋਂ ਤੇਰੇ ਸੱਜੇ ਖੱਬੇ ਖਰਚਣ ਵਾਲੇ ਫਿਰਨ ਡਏ ਨੇ। ਬਿਮਾਰ ਤੂੰ ਹੋਣਾ, ਇਹਨੇ ਪਹੁੰਚ ਜਾਣਾ ਖੈਰ ਨਾਲ। ਆ ਸਹੀ ਗੱਲ ਆ ਭਾਜੀ, ਇਹ ਮੇਰੀਆਂ ਦੁੱਖ ਦੀਆਂ ਰਗਾਂ ਤੇ ਨਾ ਆਪਰ ਤੇ ਚਲਾਕ ਬੱਚੇ ਨੇ, ਜਦੋਂ ਤੈਨੂੰ ਮਿਲ ਜਾਂਦਾ ਜਾਣ ਕੇ ਇਹਦਾ ਬੱਚਾ ਰੋਣ ਲੱਗ ਪੈਂਦਾ। ਇਹ ਪੁੱਛਦਾ ਕਿਉਂ ਰੋ ਰਿਹਾ? ਸਾਈਕਲ ਹੀ ਮੰਗਣ ਦਾ ਮਹੀਨਾ ਹੋ ਗਿਆ। ਆ ਸਹੀ ਗੱਲ ਨਾ ਰਵਾ ਬੱਚੇ ਨੂੰ ਯਾਰ, ਲੈ ਪੈਸੇ ਫੜ ਸੁਰੇ ਬੱਚੇ ਨੂੰ ਸਾਈਕਲ ਹੀ ਲੈ ਕੇ ਦੇ। ਭਾਜੀ ਤੁਸੀਂ ਅੱਗੇ ਗੱਲਾਂ ਕਰ ਦਿੰਦੇ, ਮੈਂ ਕਿੱਥੇ ਅੱਗੇ ਕੀ ਸਾਈਕਲ ਹੀ ਦਾ ਯਾਰ, ਮੈਨੂੰ ਪਤਾ ਯਾਰ ਮੈਂ ਕਿਹੜਾ ਕੱਲਾ ਗਿਆ ਵੀ ਤੇ ਕਦੀ ਗਏ ਹੀ ਹੋਣੇ। ਆਹੋ ਇਹਨਾਂ ਦੇ ਵਿੱਚ ਸਾਈਕਲ ਹੋ ਸਕਦਾ ਦਿਮਾਗ 'ਚ ਵੀ ਕੋਈ ਵਾਸ਼ਿੰਗ ਮਸ਼ੀਨ ਬਸੀ ਹੋਵੇ ਜਿਹੜੀ ਉਹਨੇ ਲੈ ਕੇ ਦਿੱਤੀ। ਇਹਨਾਂ ਦਾ ਤੇ ਫੇਰ ਉਸਤਾਦ ਜੀ ਪਿੰਡ ਬਹੁਤ ਨਹੀਂ ਨਹੀਂ ਮਾਸ਼ਾਅੱਲਾ ਜਿੱਥੇ ਯੂਰਪ ਦੇ ਵਿੱਚ ਮੈਂ ਜਾਣਾ ਚਾਹ ਰਿਹਾ ਵਾਂ ਤੇ ਉਹਦੇ ਵਾਸਤੇ ਮੈਂ ਚਲਾ ਜਾ ਪੁੱਤਰ, ਸਬਜ਼ੀ ਵੀ ਜਾ ਰਹੀ ਤੂੰ ਵੀ ਚਲਾ ਜਾ। ਸ਼ੂਟਿੰਗ ਖਤਮ ਹੋਈ ਤੇ ਦਿਨ ਚੜ੍ਹ ਗਿਆ ਸੀ, ਉਦੋਂ ਸਿੰਗਰ ਰੋਡ ਸੀ ਲਾਹੌਰ ਦਾ, ਮਤਲਬ ਡੱਬਰ ਰੋਡ ਨਹੀਂ ਹੁੰਦਾ, ਤੇ ਮੈਂ ਲਾਹੌਰ ਜਾਣਾ ਸੀ ਤੇ ਇੱਕ ਕੁੜੀ ਵਿਚਾਰੀ ਆਈ, ਦੱਸੀ ਮੈਨੂੰ, ਕਹਿੰਦੀ ਲਾਹੌਰ ਜਾ ਰਹੇ? ਮੈਂ ਜੀ ਹਾਂ ਲਾਹੌਰ ਜਾ ਰਿਹਾ। ਮੈਨੂੰ ਇੱਕ ਨਾਲ ਲਈ ਜਾਣਾ, ਘਬਰਾਈ ਹੋਈ, ਮੈਂ ਕਿਹਾ ਤੂੰ ਘਬਰਾਈ ਕਿਉਂ? ਕਹਿੰਦੀ ਉਹ ਨਾ ਪ੍ਰੋਡਿਊਸਰ ਜਿਹੜੇ ਨੇ ਮੈਨੂੰ ਰੋਕ ਰਹੇ ਨੇ, ਮੈਨੂੰ ਉਹਨਾਂ ਦੀ ਨੀਅਤ ਸਹੀ ਨਹੀਂ ਲੱਗ ਰਹੀ। ਉਹ ਮੈਂ ਕਿਹਾ ਕੋਈ ਐਸੀ ਗੱਲ ਨਹੀਂ, ਤੂੰ ਆ ਗੱਡੀ 'ਚ ਬਹੁਤ, ਮੈਂ ਤਾਂ ਲਾਹੌਰ ਲੈ ਜਾਣਾ। ਉਹ ਤੇ ਉਹਦੇ ਨਾਲ ਉਹਦੀ ਮਾਂ ਸੀ, ਮਾਂ ਉਹਦੀ ਮੈਂ ਤੁਹਾਨੂੰ ਕਿਵੇਂ ਦੱਸਾਂ, ਜਿਵੇਂ ਰਕਸ਼ੇ ਪਿੱਛੇ ਜੁੱਤੀ ਨਹੀਂ ਬੰਨੀ ਹੁੰਦੀ, ਬੜੀ ਮਰੋੜੀ ਜੀ ਮਾਈ ਅਤੇ ਬੜੀ ਸਖਤ ਜੀ ਮਾਈ, ਯਾਨੀ ਕਿ ਮੂੰਹ ਮੱਥੇ ਲੱਗਦੀ ਸੀ। ਮੈਂ ਕਹਿੰਦਾ ਐਸੀ ਕਿ ਉਹ ਮਾਈ ਜੀ ਵੀ ਬਹਿ ਗਏ ਨੇ, ਕੁੜੀ ਵੀ ਪਿੱਛੇ ਬਹਿ ਗਈ, ਅਤੇ ਇੱਕ ਹੋਰ ਬੰਦਾ ਆਇਆ ਕੋਈ ਫਾਈਟਰ ਸੀ, ਮੈਨੂੰ ਲਾਹੌਰ ਜਾ ਰਿਹਾ? ਹਾਂ ਜੀ ਲਾਹੌਰ ਜਾ ਰਿਹਾ। ਉਹ ਵੀ ਬਹਿ ਗਏ ਨੇ, ਹੁਣ ਗੱਡੀ ਮੈਂ ਡਰਾਈਵ ਕਰ ਰਿਹਾ ਅਤੇ ਅੱਲਾ ਦਾ ਨਾਂ ਲੈ ਕੇ ਲਾਹੌਰ ਰੋਡ ਟੁਰ ਪਏ ਸਿੰਗਰ ਰੋਡ। ਦਿਨ ਚੜ੍ਹਨਾ ਸ਼ੁਰੂ ਹੋਇਆ ਅਤੇ ਨਾ ਕੋਈ ਉੱਧਰੋਂ ਗੱਡੀ ਆ ਰਹੀ ਹੈ, ਨਾ ਕੋਈ ਪਿੱਛੋਂ ਗੱਡੀ ਆ ਰਹੀ, ਅਤੇ ਮੈਂ ਕੁਆਲੀ ਲਾਈ, ਅਲੀ ਮੌਲਾ ਕੁਆਲੀ ਸੁਣਦਾ ਜਾ ਰਿਹਾ। ਜਾਨੀ ਸਾਹਿਬ ਇੱਕ ਹੱਥ ਮੇਰੇ ਇੱਥੇ ਆਇਆ,
ਨਾਰਾ ਆਇਆ ਆਏ ਲਈ ਤੇ ਪਿੱਛੇ ਦੂਜਾ ਵੀ ਇੱਥੇ ਆਈ ਆਏ ਲਈ ਪਿੱਛੇ ਕੀ ਹੋਇਆ ਤੇ ਕੁੜੀ ਦੀ ਆਵਾਜ਼ ਟੇਪ ਬੰਦ ਕਰ ਦਿਓ ਟੇਪ ਬੰਦ ਕਰ ਦਿਓ ਉਹ ਮੈਂ ਹਮਰੇ ਟੇਪ ਤੱਕ ਹੱਜ ਜਾਵੇ ਤੇ ਮੈਂ ਬੰਦ ਕਰ ਟੇਪ ਬੰਦ ਕੀਤੀ ਤਾਂ ਹੋਇਆ ਕਹਿੰਦੀ ਅੰਮੀ ਜੀ ਬਾਬੇ ਆ ਗਏ ਅੰਬੀ ਨੇ ਫੜਿਆ ਸੀ ਉਹਦੀ ਮਾਈ ਨੇ ਉਹ ਮਾਈ ਨੇ ਪਿੱਛੋਂ ਹੀ ਤਪਾ ਲਿਆ ਗੱਡੀ ਚੋਂ ਬਾਹਰ ਕੱਢੀ ਮੈਨੂੰ ਉਹ ਥੱਲੇ ਲੰਮੇ ਪਾਈ ਮੈਂ ਮਾਈ ਵੇਖਾਂ ਤੇ ਮੈਂ ਉਹਦੀ ਕੁੜੀ ਨੂੰ ਪੁੱਛਿਆ ਮੈਂ ਕਿਹਾ ਵੀ ਇੰਨੀ ਕੁ ਤੇਰੀ ਅੰਮੀ ਹੈ ਤੇ ਬਾਬਾ ਵੜਿਆ ਕਿੱਥੋਂ ਮੈਂ ਕਹਿੰਦੀ ਸੀ ਪਾਣੀ ਪੂਣੀ ਪਾ ਕੇ ਗੋਸ਼ਤ ਪਾਈ ਕਹਿੰਦੀ ਪੁੱਤ ਜਦੋਂ ਕੁਆਲੀ ਲੱਗਦੀ ਨਾ ਤੇ ਮੇਰੇ ਬਾਬੇ ਆ ਜਾਂਦੇ ਨੇ ਮੈਂ ਕਿਹਾ ਅੱਛਾ ਮਾਈ ਮੈਂ ਕਿਹਾ ਤੂੰ ਬਹਿਣ ਤੋਂ ਪਹਿਲੇ ਦੱਸਣਾ ਸੀ ਮੈਂ ਹੁਣ ਕੁਆਲੀ ਨਹੀਂ ਫਿਰ ਮੈਂ ਕੇਸਰ ਲਈ ਇੱਕ ਐਸੇ ਸਿੰਗਰ ਦੀ ਪੱਪੂ ਜ਼ਰਗਰ ਦੀ ਪੱਪੂ ਜ਼ਰਗਰ ਲੈ ਮਾਈ ਨਾ ਹੁਣ ਮੈਂ ਸੋਣਾ ਤੇ ਨਾ ਤੂੰ ਸੋਣਾ ਬਾਬੇ ਇਸ ਸ਼ਹਿਰ 'ਚ ਨਹੀਂ ਆਉਣੇ ਜਿੱਥੇ ਕਿਸੇ ਪੱਪੂ ਜ਼ਰਗਰ ਇਹੋ ਜਿਹੇ ਨਾਂ ਪੱਪੂ ਜ਼ਰਗਰ ਹਾਂਜੀ ਉਹਨਾਂ ਦੇ ਇਲਾਕੇ 'ਚ ਮੈਂ ਸਮਝਦਾ ਸਾਡੇ ਇਲਾਕੇ 'ਚ ਹੀ ਹੈ ਜੀ ਇੱਥੇ ਇਹਨਾਂ ਲਾ ਕੇ ਮਰੀ ਮਰਨ ਆ ਮਰੀ ਮਰਨ ਹਰੀਹਰਨ ਹਰੀਹਰਨ ਤੋਂ ਬਾਅਦ ਮਰੀ ਮਰਨ ਉਹਦੇ ਚ ਆਪਾਂ ਪੂਰਾ ਆਪਣਾ ਜਿਹੜਾ ਫੈਸਲਾਬਾਦ ਦਾ ਕਲਚਰ ਹੈ ਨਾ ਇਹ ਆਪਾਂ ਗੱਲ ਦਾ ਜਿਹੜਾ ਛੋਟੀ ਗੱਲ ਦਾ ਮਜ਼ਾ ਉਹ ਕਰਦੇ ਆਪਾਂ ਬਿਸਮਿਲ੍ਲਾ ਜੀ ਠੀਕ ਹੈ ਭਾਜੀ ਕਰਨਾ ਚਾਹੀਦਾ ਜੀ ਤੇ ਹੁਣ ਤੁਸੀਂ ਇਜਾਜ਼ਤ ਲੈ ਉਹ ਚ ਘੋੜਾ ਤੇ ਨਹੀਂ ਹੋਏਗਾ ਮੇਰੇ ਖਿਆਲ ਹੁਣ ਮੈਂ ਸਿੱਗਿਆ ਹੋਣਾ ਚਾਹੀਦਾ ਤੁਸੀਂ ਤਾਂ ਸਿੱਖ ਗਏ ਘੋੜਾ ਹੁਣ ਤੁਹਾਡੀ ਵਾਰੀ ਬਹਿਣ ਦੀ ਨਹੀਂ ਮੈਂ ਤਾਂ ਨਹੀਂ ਬਹਿਣਾ ਭਾਜੀ ਮੈਂ ਕੋਈ ਛੋਟਾ ਘੋੜਾ ਲੈ ਲਾਂਗੇ ਜਿਹਦੇ ਪੈਰ ਥੱਲੇ ਤੁਹਾਡੇ ਲੱਗ ਜਾਣਾ ਆਹ ਵੀ ਠੀਕ ਹੈ ਅਈਆਂ ਵਾਲੇ ਵੀ ਮਿਲਦੇ ਜਿੱਥੇ ਦਿਲ ਘਬਰਾਵੇ ਘੋੜਾ ਵਿੱਚੋਂ ਲੱਤਾਂ ਨੰਗ ਜੇ ਘੋੜਾ ਕੈਂਚੀ ਚਲਾ ਲਾਂਗੇ ਕਿਹੜਾ ਕਿਹੜਾ ਝੂਠਾ ਘੋੜਾ ਝੂਠਾ ਘੋੜਾ ਆਹੋ ਯਾਰ ਮੈਂ ਉੱਥੇ ਮਕਾਨ ਲੈਣਾ ਮੈਨੂੰ ਕਿਉਂ ਦੱਸ ਯਾਰ ਬਸ ਕਰਦੇ ਤੁਹਾਡੇ ਆਪ ਉਹਨੂੰ ਐਕਟਿੰਗ ਦੀ ਪਈ ਆ ਵੀ ਮੈਂ ਹੀਰੋ ਬਣਾ ਤੇ ਯੂਰਪ ਦੀ ਉਹਨੂੰ ਭੁੱਲਣ ਦਿਆ ਵੇਖ ਉਹਦੀ ਸ਼ਕਲ ਉਹਦੀ ਵੇਖ ਆ ਚੈੱਕ ਕਰੋ ਵੀ ਇੰਨੀਆਂ ਛਾਈਆਂ ਵਾਲੇ ਜਾ ਸਕਦਾ ਯੂਰਪ ਕਿੱਥੇ ਛਾਈਆਂ ਚੈੱਕ ਕਰੋ ਇਹ ਤੋਂ ਉੱਥੇ ਹੋਰ ਮਾਸ਼ਾਅੱਲਾ ਕਰਮ ਵਾਲੇ ਫਿਰਨ ਡਏ ਨੇ ਉੱਧਰ ਹੀ ਰਹਿ ਜਵੇ ਇੱਧਰ ਨਾ ਆਵੇ ਲੈ ਆ ਲਓ ਐਕਟ 'ਚ ਆ ਗਏ ਨੇ ਅੱਛਾ ਹਿਰਵਨ ਤੂੰ ਕਿਹੜੀ ਜਾ ਰਿਹਾ ਅੱਗੇ ਮਤਲਬ ਕਤਰੀਨਾ ਕੈਫ ਹਾਂਜੀ ਕਤਰੀਨਾ ਕੈਫ ਉਰਫ ਮੁਖਤਾਰਾਂ ਤੂੰ ਤੇ ਕਮੀਨਾ ਕੈਫ ਯਾਰ ਸਿਰਫ ਮੈਂ ਦੁਆ ਦੇ ਸਕਾਂਗੇ ਗਸ਼ੀ ਦੇ ਦੌਰੇ ਹੋਰ ਕੁਛ ਨਹੀਂ ਆਹ ਕਤਰੀਨਾ ਕੈਫ ਕਿਉਂ ਕਿਉਂ ਨਹੀਂ ਹੋ ਸਕਦਾ ਕੀ ਕਿਉਂ ਨਹੀਂ ਹੋ ਸਕਦੀ ਕਤਰੀਨਾ ਕੈਫ ਉਹਨੂੰ ਉਹਨੇ ਅਸੀਂ ਉਹਨੂੰ ਪੁੱਛਣਾ ਨਾ ਕਿੰਨੇ ਪੈਸੇ ਲਏਗੀ ਤੈਨੂੰ ਦਿਖਾਉਣ ਤੋਂ ਬਗੈਰ ਉਹ ਸਾਨੂੰ ਕਹੇ ਜੀ ਮੈਂ 10 ਕਰੋੜ ਲਵਾਂਗੀ ਜਦੋਂ ਅਸੀਂ ਤੈਨੂੰ ਅੱਗੇ ਕਰਨਾ ਨਾ ਕਿ ਠੀਕ ਹੈ ਇਹਦੇ ਨਾਲ ਹੀਰੋ ਆਉਣਾ ਅਤੇ ਉਹਨੇ 2.5 ਅਰਬ 'ਤੇ ਚਲੀ ਜਾਣਾ ਔਰ ਉਹ ਵੀ ਉਹਨੇ ਕਹਿਣਾ ਮੈਂ ਅੱਬੂ ਨੂੰ ਪੁੱਛ ਕੇ ਦੱਸੂੰਗੀ ਜੋ ਕਹਿੰਦਾ ਪੈਸੇ ਉਹਨੇ ਲਾਏ ਨੇ ਮਤਲਬ ਕਹਿੰਦਾ ਮੈਂ ਫਿਲਮ 'ਚ ਹੀਰੋ ਆਉਣਾ ਕਹਿੰਦੇ ਜੀ ਤੁਸੀਂ ਹੀਰੋ ਫਿਲਮ 'ਚ ਅਤੇ ਤਸਵੀਰ ਲਾ ਦਿੱਤੀ ਸਟਾਰਟ 'ਚ ਫਿਲਮ 'ਚ ਆਹੋ ਅਤੇ ਤੁਸੀਂ ਅਖੇ ਬਾਹਰ ਹੋ ਯੂਰਪ ਹਾਂ ਅਤੇ ਉਹ ਹੀਰਵਨ ਪੂਰੀ ਫਿਲਮ 'ਚ ਉਹ ਫਰੇਮ ਨੇ ਗੱਲਾਂ ਕਰ ਰਹੀ ਕਿ ਕਦੋਂ ਆਏਗਾ ਕਦੋਂ ਆਏਗਾ ਉਹ ਕਹਿੰਦਾ ਮੈਂ ਕਹਿੰਦਾ ਤੂੰ ਆ ਰਿਹਾ ਇਨਸ਼ਾਅੱਲਾ ਤਾਲਾ ਫਿਲਮ 'ਚ ਹੀਰੋ ਤੂੰ ਹੀ ਹੈ ਉਹ ਜਦੋਂ ਫਿਲਮ ਦਾ ਹਾਫ ਟਾਈਮ ਹੋਇਆ ਤਸਵੀਰ ਥੱਲੇ ਡਿੱਗੀ ਸ਼ੀਸ਼ਾ ਟੁੱਟਿਆ ਉਹਨੇ ਕਿਹਾ ਕੀ ਹੋਇਆ ਕਹਿੰਦੇ ਜੀ ਹੀਰੋ ਦਾ ਐਕਸੀਡੈਂਟ ਹੋ ਗਿਆ ਯੂਰਪ ਮਰ ਗਿਆ ਉਹਦੇ ਉੱਤੋਂ ਕਾਫਲਾ ਲੰਘ ਗਿਆ ਇਹ ਕਰਨਾ ਹੀ ਰੋਲ ਫੈਸਲਾਬਾਦ ਕਿੰਨੇ ਦਿਨ ਜੀ ਮੈਂ ਅਜੇ ਹੈ ਤੇ ਕੁਛ ਦਿਨ ਫਿਰ ਅੱਗੋਂ ਰਿਕਾਰਡ ਗਾ ਸ਼ੁਰੂ ਹੋਣੀ ਆ ਤੁਹਾਡੀਆਂ ਵੀ ਮੇਰੀਆਂ ਵੀ 3 ਸ਼ਰਾ ਫਿਰ ਲਾਹੌਰ ਚੱਲਦੇ ਨਹੀਂ 2-4 ਦਿਨ ਹੈਗੇ ਜੀ ਹਾਂ ਜੀ ਤੇ ਭਾਜੀ ਅਸੀਂ ਵੀ ਇੱਥੇ ਹੀ ਆ ਤੇ ਠੀਕ ਹੈ ਇਨਸ਼ਾਅੱਲਾ ਰੋਜ਼ ਤੁਸੀਂ ਆਇਆ ਕਰੋ ਆਪਾਂ ਸ਼ੁਗਰ ਮੇਲਾ ਲਾਇਆ ਕਰਾਂਗੇ ਮੁਲਾਕਾਤ ਰਹੇਗੀ ਰੋਜ਼ ਮੁਲਾਕਾਤ ਤੁਹਾਡੇ ਇਫਤਾਰੀ ਟਾਈਮ ਇਫਤਾਰੀ ਕਰਾਂ ਮੈਂ ਤੂੰ ਕਿਉਂਕਿ ਕਰੋਨਾ ਚੱਲ ਰਿਹਾ ਤੇਰੀ ਇਫਤਾਰੀ ਮੈਂ ਬਾਹਰ ਤਾਰ ਨਾ ਬੰਨੀ ਹੋਈ ਲੈ ਜਾ ਹਾਂ ਦੇਖ ਗੰਡ ਸਿੰਗਲ ਬਣਨਾ ਐਵੇਂ ਉਧਰ ਰੋਦਾ ਖੋਲ ਜੇ ਉਹਦਾ ਹਾਂ ਥੋੜੀ ਜਿਹੀ ਮੋਰੀ ਛਾਪਰ ਖੋਲੇ ਨਾ ਰੋਦਾ ਖੋਲ ਜਵੇ ਆਹੋ ਚਾਦਰ ਲੈ ਕੇ ਫਰੀਦ ਭੁਖਟੀ ਬਣਿਆ ਬਸ ਦੇਖਣਾ ਤੁਸੀਂ ਕਰਦਾ ਕੀ ਤੁਹਾਨੂੰ ਫਰੀਦ ਭੁਖਟੀ ਫਰੀਦ ਭੁਖਟੀ ਬਚਪਨ ਚ ਮੈਨੂੰ ਪਰੀਆਂ ਵੀ ਲੈ ਕੇ ਚੱਲੀਆਂ ਸੀ ਲੇਟ ਹੋ ਗਏ ਜਿੰਦ ਲੈ ਗਏ ਲੇਟ ਹੋ ਗਈ
ਫਿਰ ਜਿੰਨ ਲੈ ਕੇ ਕਹਿੰਦਾ ਉਹਨੇ ਅੰਮੀ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਤੈਨੂੰ ਪਰੀਆਂ ਲੈ ਕੇ ਜਾਣ ਲਈ ਅਸੀਂ ਤੇ ਬਸ ਮਾਵਾਂ ਹੁੰਦੀਆਂ ਨਾ ਦਿਲ ਰੱਖਦੀਆਂ ਨੇ ਮਾਵਾਂ ਦਾ ਤੈਨੂੰ ਪਰੀਆਂ ਭਲਾ ਤੈਨੂੰ ਇਹ ਅੱਗੋਂ ਤੈਨੂੰ ਇਹ ਨਹੀਂ ਪਤਾ ਲੈ ਕੇ ਕਿੱਥੇ ਚੱਲੀਆਂ ਸੀ ਤੈਨੂੰ ਉਹ ਪਤਾ ਲੱਗ ਜਾਂਦਾ ਤੂੰ ਲੁਕ ਜਾਣਾ ਸੀ ਨਹੀਂ ਨਹੀਂ ਉਹ ਹੁੰਦਾ ਬਚਪਨ ਦੇ ਵਿੱਚ ਅਕਸਰ ਉਹ ਜਿੰਨ ਆ ਗਏ ਚੁੜੇਲਾਂ ਆ ਗਈਆਂ ਐਂ ਜਿਹਦੇ ਹੁੰਦੇ ਸੀ ਨਾ ਵਾਕਿਆ ਬਾਹਰਲੀਆਂ ਛਾਵਾਂ ਗਈਆਂ ਮੈਨੂੰ ਪਰੀਆਂ ਲੈ ਕੇ ਚੱਲੀਆਂ ਸੀ ਅੰਮੀ ਨਾ ਮੈਨੂੰ ਢੱਕ ਕੇ ਰੱਖਦੇ ਸੀ ਸੜਿਆ ਹੁੰਦਾ ਢੱਕ ਕੇ ਰੱਖਦੇ ਤੇ ਮਲਾਈ ਬਹੁਤ ਹੁੰਦੀ ਸੀ ਮਲਾਈ ਨਹੀਂ ਨਹੀਂ ਅੰਮੀ ਇਹਦੀ ਢੱਕ ਟੱਕ ਦਿਨਾ ਦਿਨ ਦਿਨਾ ਦਿਨ ਟੱਕ ਉਹਨਾਂ ਨੇ ਕਿਹਾ ਵੀ ਟੱਕ ਦਿਨਾ ਦਿਨ ਕੇ ਰੱਖੋ ਇਹਨੂੰ ਡੇਲੀ ਜਦੋਂ ਉੱਠਣਾ ਨਾ ਮੈਂ ਸਵੇਰੇ ਅੰਮੀ ਨੇ ਮੇਰੀ ਉੱਠਿਆ ਨਾ ਜਾਣਾ ਨਹੀਂ ਨਹੀਂ ਅੰਮੀ ਨੇ ਪਹਿਲੇ ਨਜ਼ਰ ਲਾਣੀ ਹਾਂਜੀ ਹਾਂਜੀ ਉਹ ਜ਼ਰੂਰੀ ਸੀ ਪੁੱਤਰ ਨਜ਼ਰ ਲਾ ਕੇ ਤੇ ਪਿਓ ਨੂੰ ਦੇ ਦੇਣੀ ਜਾਓ ਕੰਮ ਤੇ ਅੰਮੀ ਨਜ਼ਰ ਲਾਉਂਦੀ ਤਾਂ ਆਪਾਂ ਕਿਉਂ ਆਂਡਾ ਮਾਂ ਚੁੱਕ ਲਿਆ ਹੁੰਦਾ ਸੀ ਜਾਓ ਘਰ ਪਕਾਵਾਂਗੇ ਲਓ ਜੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਕੂਰ ਜਾਨੀ ਸਾਹਿਬ ਭਾਜੀ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਥੈਂਕ ਯੂ ਮੁਹੱਬਤਾਂ ਦਾ ਕੋਈ ਸਿਲਾ ਦਿੱਤਾ ਨਹੀਂ ਜਾਂਦਾ ਨਾ ਕੋਈ ਸ਼ੁਕਰੀਆ ਕੀਤਾ ਜਾਂਦਾ ਬਿਲਕੁਲ ਬਿਲਕੁਲ ਭਾਜੀ ਤੇ ਇਨਸ਼ਾਅੱਲਾ ਫੇਰ ਮੁਲਾਕਾਤ ਹੋਏਗੀ ਇਸ ਖੂਬਸੂਰਤ ਟੀਮ ਨਾਲ ਔਰ ਜਾਨੀ ਸਾਹਿਬ ਨਾਲ ਹੁਣ ਮੈਨੂੰ ਤੇ ਇਸ ਖੂਬਸੂਰਤ ਟੀਮ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫੇਰ ਮੁਲਾਕਾਤ ਹੋਏਗੀ ਅੱਲਾ ਹਾਫਿਜ਼